are watching Channel Y. Channel Y, a South Asian Canadian channel. Y Media Group ਦੇ ਸਾਰੇ ਦਰਸ਼ਕਾਂ ਨੂੰ ਇੰਦਰਜੀਤ ਸਿੰਘ ਬਖਸ਼ੀਲੋ ਪਿਆ ਪਰਿਸਰ ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ 2-3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਵੀ ਅਪਡੇਟ ਹੋਈ ਹੈ ਉਸ ਤੇ ਅੱਜ ਚਰਚਾ ਕਰਾਂਗੇ ਤੇ ਸਾਡੇ ਨਾਲ ਇੱਕ ਵਾਰ ਫਿਰ ਕੁਲਵੰਤ ਸਿੰਘ ਸੀਨੀਅਰ ਪੱਤਰਕਾਰ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੁਲਵੰਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਵਾਈ ਦੇ ਵਿੱਚ ਬਹੁਤ ਧੰਨਵਾਦ ਇੰਦਰਜੀਤ ਸਿੰਘ ਜੀ ਆ ਕੋਲਾਂਜੀ ਜੀ ਆਪਾਂ ਦੋ ਤਿੰਨ ਦਿਨ ਦੀ ਪੋਲੀਟਿਕਲੀ ਉਸਤੇ ਗੱਲ ਕਰੀਏ ਕਿ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਕਿਸ ਤਰ੍ਹਾਂ ਚੱਲੀ ਹੈ ਤਾਂ ਸ਼ਾਇਦ ਮੇਰਾ ਇੱਕ ਕਿਹੜਾ ਗਲਤ ਨਹੀਂ ਹੋਵੇਗਾ ਕਿ ਕੈਪਟਨ ਵਰਸਸ ਸਿੱਧੂ ਸਿੱਧੂ ਵਰਸਸ ਕੈਪਟਨ ਇਸ ਤੋਂ ਇਲਾਵਾ ਜੇ ਕੋਈ ਗੱਲ ਹੈ ਤਾਂ ਸ਼ਾਇਦ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਕੁਝ ਖਾਸ ਹੋਰ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਅੱਜ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਰਹਿਣਗੇ ਜਾਂ ਨਹੀਂ ਰਹਿਣਗੇ ਕੈਪਟਨ ਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਉਹਨਾਂ ਨੇ ਕੱਲ ਕੀਤੀ ਹੈ ਕਿਉਂਕਿ ਬੜਾ ਲੰਬਾ ਸਮਾਂ ਹੋ ਚੁੱਕਿਆ ਸੀ 13 ਟਵੀਟ ਆ ਚੁੱਕੇ ਸੀ ਨਵਜੋਤ ਸਿੰਘ ਸਿੱਧੂ ਦੇ ਬਹਿਬਲ ਗੋਲੀਕਾਰ ਨੂੰ ਲੈ ਕੇ ਬੇਅਦਬੀ ਨੂੰ ਲੈ ਕੇ ਤੇ ਕੈਪਟਨ ਮਿੰਦਰ ਸਿੰਘ ਖਾਮੋਸੀ ਪਰ ਜਦੋਂ ਕੈਪਟਨ ਮਰਿੰਦਰ ਸਿੰਘ ਬੋਲੇ ਤਾਂ ਸ਼ਾਇਦ ਸਾਰੀ ਸਿਆਸਤ ਜਿਹੜੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਇਸ ਗੁਰਦੇ ਜਿਹੜੀ ਆ ਉਹ ਪੰਜਾਬ ਦੀ ਲਿਆ ਕੇ ਖੜੀ ਕਰ ਦਿੱਤੀ ਸੀ ਕੱਲ ਸ਼ਾਮ ਤੱਕ ਜੇ ਆਪਾਂ ਗੱਲ ਕਰੀਏ ਤਾਂ ਹਰ ਨਿਜੀ ਚੈਨਲ ਹਰ ਮੀਡੀਆ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਹੀ ਉਹ ਬਿਆਨ ਜਿਹੜੇ ਸਾਨੂੰ ਚੱਲ ਰਹੇ ਸਨ ਜਿਦੇ ਵਿੱਚ ਉਹਨਾਂ ਨੇ ਸਾਫ਼ ਚੈਲੰਜ ਕਰ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੂੰ ਕਿ ਨਵਜੋਤ ਸਿੰਘ ਸਿੱਧੂ 'ਚ ਜੇਕਰ ਦਮ ਹੈ ਤਾਂ ਉਹ ਪਟਿਆਲਾ ਤੋਂ ਚੋਣ ਲੜ ਕੇ ਵੇਖ ਲਵੇ ਉਹਨਾਂ ਦਾ ਵੀ ਉਹੀ ਹਸ਼ਰ ਹੋਵੇਗਾ ਜਿਹੜਾ ਜੇ ਜੇ ਸਿੰਘ ਦਾ ਹੋਇਆ ਸੀ ਸਭ ਤੋਂ ਪਹਿਲਾਂ ਮੈਂ ਇਸ ਤੇ ਹੀ ਤੁਹਾਡਾ ਰਿਐਕਸ਼ਨ ਲਵਾਗਾ ਕਿ ਹੁਣ ਸਾਫ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਹਿੱਸਾ ਜਿਹੜਾ ਹੈ ਉਹ ਸ਼ਾਇਦ ਆਰਮਲੇ ਸਮੇਂ ਦੇ ਵਿੱਚ ਨਾ ਰਹਿਣ ਦੇਖੋ ਅੰਦਰਜੀਤ ਮੈਂ ਇੱਥੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਸਵਾਲ ਕਰਾਂਗਾ ਸਾਰਿਆਂ ਨੂੰ ਕਿ ਕੀ ਪੰਜਾਬ ਦਾ ਮੁੱਦਾ ਕੈਪਟਨ ਵਰਸਸ ਨਵਜੋਤ ਸਿੰਘ ਸਿੱਧੂ ਹੈ ਜੀ ਜੇਕਰ ਕੈਪਟਨ ਵਰਸਸ ਨਵਜੋਤ ਸਿੰਘ ਸਿੱਧੂ ਹੈ ਫਿਰ ਤਾਂ ਸਾਰਿਆਂ ਨੂੰ ਇਹਨਾਂ ਦੀ ਆਪਸੀ ਲੜਾਈ ਵੱਲ ਧਿਆਨ ਦੇਣ ਦੀ ਲੋੜ ਹੈ ਜੀ ਤੇ ਸਾਰੇ ਚੈਨਲਾਂ ਨੂੰ ਵੀ ਇਹਨਾਂ ਦੀ ਲੜਾਈ 'ਤੇ ਧਿਆਨ ਦੇਣ ਦੀ ਲੋੜ ਹੈ ਹੂੰ ਕਿਉਂ ਨਹੀਂ ਕੋਈ ਸਵਾਲ ਕਰਦਾ ਕਿ ਕੀ ਤੁਹਾਡੀ ਦੋਨਾਂ ਦੀ ਲੜਾਈ ਹੀ ਇੱਕ ਮੁੱਦਾ ਪੰਜਾਬ ਦਾ ਮੁੱਦਾ ਪੰਜਾਬ ਦਾ ਉਹ ਹੈ ਜਿਸ ਮੁੱਦੇ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਜੀ ਮੁੱਦਾ ਪੰਜਾਬ ਦਾ ਬੇਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਵਿੱਚ ਸਜ਼ਾਵਾ ਦੇਣ ਦਾ ਮੁੱਦਾ ਪੰਜਾਬ ਦਾ ਨਸ਼ਿਆਂ ਨੂੰ ਖਤਮ ਕਰਨ ਦਾ ਮੁੱਦਾ ਪੰਜਾਬ ਦਾ ਬੇਰੋਜ਼ਗਾਰੀ ਜਿਹੜੀ ਆ ਉਹ ਖਤਮ ਕਰਨ ਦਾ ਘਰ ਘਰ ਰੋਜ਼ਗਾਰ ਦੇਣ ਦਾ ਮੁੱਦਾ ਪੰਜਾਬ ਦਾ ਜਿਹੜਾ ਉਹ ਪੈਨਸ਼ਨਾਂ ਵਧਾਉਣ ਦਾ ਸੀ ਮੁੱਦਾ ਪੰਜਾਬ ਦਾ ਸਮਾਰਟਫੋਨ ਦੇਣ ਦਾ ਸੀ ਅੱਜ ਹਾਲਾਤ ਇਹ ਨੇ ਕਰਜ਼ੇ ਮਾਫ਼ ਕਰਨ ਦਾ ਸੀ ਅੱਜ ਹਾਲਾਤ ਇਹ ਨੇ ਕਿ ਉਹਨਾਂ ਦੇ ਆਪਣੇ ਹੀ ਲੋਕ ਸ਼ਮਸ਼ੇਰ ਸਿੰਘ ਦੂਲੋਂ ਦਾ ਜੇਕਰ ਆਪਾਂ ਬਿਆਨ ਚੁੱਕ ਕੇ ਵੇਖੀਏ ਤਾਂ ਉਹ ਇਹ ਕਹਿੰਦੇ ਨੇ ਵੀ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਗਿਆ ਜਦਕਿ ਕੈਪਟਨ ਬਰਿੰਦਰ ਸਿੰਘ ਉਹਨਾਂ ਨੇ 4 ਸਾਲ ਪੂਰੇ ਹੋਣ ਤੇ ਇੱਕ ਪੱਤਰਕਾਰ ਸਮਾमेलन ਕੀਤਾ ਸੀ ਤੇ ਉਹਦੇ ਵਿੱਚ ਇਹ ਦਾਵਾ ਕੀਤਾ ਸੀ ਕਿ 85 ਅਝਾਰੀਆਂ ਕੁਝ ਪ੍ਰਤੀਸ਼ਤ ਵਾਦੇ ਜਿਹੜੇ ਨੇ ਉਹ ਪੂਰੇ ਕਰ ਦਿੱਤੇਗੇ ਨੇ ਤੇ ਇਹ ਜਿਹੜੇ ਨੇ ਉਹ ਚੰਦਰਬਾਬੂ ਨਾਇਡੂ ਜਿਹੜੇ ਮੁੱਖ ਮੰਤਰੀ ਸੀਗੇ ਉਹਨਾਂ ਦੇ ਪਹਿਲਾਂ ਦੇ 77. ਕੁਝ ਪ੍ਰਤੀਸ਼ਤ ਜਿਹੜੇ ਵਾਦੇ ਪੂਰੇ ਕਰਨ ਦੇ ਰਿਕਾਰਡ ਨੂੰ ਤੋੜ ਦਿੱਤਾ ਗਿਆ ਜੀ ਜਦਕਿ ਸਮਸ਼ੇਰ ਸਿੰਘ ਦੁੱਲੂ ਉਹਨਾਂ ਦਾ ਜੇਕਰ ਬਿਆਨ ਚੁੱਕ ਕੇ ਵੇਖਿਆ ਜਾਵੇ ਤਾਂ ਉਹ ਇਸ ਦੋਨਾਂ ਦੇ ਆਪ ਦੇ ਆਪਾ ਵਿਰੋਧੀ ਬਿਆਨ ਨੇ ਹੁਣ ਉਹ ਵੀ ਕਾਂਗਰਸੀ ਨੇ ਇਹ ਵੀ ਕਾਂਗਰਸੀ ਨੇ ਦੋਨਾਂ ਦੇ ਵਿੱਚ ਉਹ ਸੱਚ ਕੌਣ ਬੋਲ ਰਿਹਾ ਹੈ ਸਰਕਾਰ ਜਿਹੜੀ ਆ ਉਹ ਇਸ ਵੇਲੇ ਜੇਕਰ ਬੱਚੇ-ਬੱਚੇ ਨੂੰ ਵੀ ਪੁੱਛੋਗੇ ਤਾਂ ਉਹ ਕਹਿਣਗੇ ਕਾਂਗਰਸ ਦੀ ਹੈ। ਹੂੰ। ਕਾਂਗਰਸੀ ਆਗੂ ਉਹ ਵੀ ਨੇ ਇੱਕ ਬੰਦਾ ਕਾਂਗਰਸ ਦਾ ਰਾਜ ਸਭਾ ਮੈਂਬਰ ਹੈ। ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿ ਚੁੱਕਿਆ ਉਹ। ਵੱਡੇ ਕੱਦ ਦਾ ਆਗੂ ਹੈ ਉਹ। ਇੱਕ ਬੰਦਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਕਾਂਗਰਸ ਦਾ ਪ੍ਰਧਾਨ ਉਹ ਵੀ ਰਹਿ ਚੁੱਕਿਆ। ਦੋ ਵਾਰ ਮੁੱਖ ਮੰਤਰੀ ਰਿਹਾ। ਤੋ ਕੌਣ ਸੱਚ ਬੋਲ ਰਿਹਾ? ਕੀ ਲੋਕ ਹੁਣ ਬੰਦਿਆਂ ਦੇ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦੇਣ? ਕਾਂਗਰਸ ਦੇ ਉੱਤੇ ਵਿਸ਼ਵਾਸ ਨਾ ਕਰਨ। ਕਾਂਗਰਸੀ ਆਗੂਆਂ ਦੇ ਵਿਸ਼ਵਾਸ ਨਾ ਕਰਨ। ਤੇ ਜੇਕਰ ਕਾਂਗਰਸੀ ਆਗੂਆਂ ਦੇ ਵਿਸ਼ਵਾਸ ਕਰਨ ਤਾਂ ਦੋਨਾਂ ਚੁੱਕੀ ਦੇ ਤੇ ਕਰਨ ਹਮ ਗੱਲ ਇਹ ਹੈ ਕਿ ਇਸ ਵੇਲੇ ਸਾਰੇ ਦੇ ਸਾਰੇ ਮੁੱਦਿਆਂ ਨੂੰ ਪਟਕਾ ਕੇ ਰੱਖ ਦਿੱਤਾ ਗਿਆ ਤੇ ਸਿਰਫ ਤੇ ਸਿਰਫ ਫੋਕਸ ਜਿਹੜਾ ਉਹ ਇੱਕ ਚੀਜ਼ ਦੇ ਤੇ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਆਪਸ ਵਿੱਚ ਲੜ ਰਹੇ ਨੇ ਇਹਨਾਂ ਦੀ ਲੜਾਈ ਨਾਲ ਆਮ ਲੋਕਾਂ ਨੂੰ ਕੀ ਭਾ ਕੀ ਲੈਣਾ ਦੇਣਾ ਇਹਨਾਂ ਦੀ ਆਪਸੀ ਲੜਾਈ ਨੂੰ ਲੈ ਕੇ ਜੇ ਨਵਜੋਤ ਸਿੰਘ ਸਿੱਧੂ ਕੱਲ ਨੂੰ ਜਿੱਤ ਕੇ ਮੁੱਖ ਮੰਤਰੀ ਵੀ ਬਣ ਜਾਣਗੇ ਤਾਂ ਆਮ ਲੋਕਾਂ ਨੂੰ ਕੀ ਭਾ ਹੈ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਜਿਹੜੇ ਆ ਉਹ ਜਿੰਨਾ ਵਿਸ਼ਵਾਸ ਸਿਆਸਤਦਾਨਾਂ ਦੇ ਉੱਤੇ ਅੱਜ ਤੱਕ ਭਾਰਤੀ ਲੋਕ ਕਰਦੇ ਆਏ ਨੇ ਕਿ ਉਹਦੇ ਤੇ ਖਰੇ ਉਤਰਨਗੇ ਕੌਣ ਅੱਜ ਤੱਕ ਅਜੇ ਆ ਨਿਕਲਿਆ ਜਿਹਦਾ ਜਿਹੜਾ ਸਿਆਸਤ ਦੇ ਉੱਤੇ ਖਰਾ ਨਿਕਲਿਆ ਅੱਜ ਤੱਕ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਨੂੰ ਚੱਕ ਕੇ ਦੇਖਿਆ ਜਾਵੇ ਤਾਂ ਕੌਣ ਖਰਾ ਉਤਰਿਆ ਹਰ ਬੰਦੇ ਨੂੰ ਉਹਦੇ ਉੱਤੇ ਜਿਹੜੀ ਅੱਜ ਉਂਗਲੀ ਚੱਕੀ ਜਾਂਦੇ ਹਰ ਬੰਦੇ ਦੇ ਉੱਤੇ ਸਵਾਲ ਚੱਕੀ ਜਾਂਦੇ ਨੇ ਹਰ ਬੰਦੇ ਨੂੰ ਇਹ ਕਿਹਾ ਜਾਂਦਾ ਕਿ ਉਹ ਉਮੀਦਾਂ ਦੇ ਉੱਤੇ ਖਰਾ ਨਹੀਂ ਉਤਰਿਆ ਤੇ ਫਿਰ ਇਹਨਾਂ ਦੀ ਲੜਾਈ ਤੋਂ ਆਮ ਲੋਕਾਂ ਨੇ ਕੀ ਲੜਣਾ ਕਿਉਂ ਜਿਹੜੇ ਲੋਕ ਮੂਰਖ ਬਣ ਲਈ ਜਿਹੜੇ ਉਹ ਤਿਆਰ ਹੋਏ ਬੈਠੇ ਨੇ ਮੁੱਦਾ ਇਸ ਵੇਲੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਤੇ ਗੋਲੀकांड ਦੀਆਂ ਘਟਨਾਵਾਂ ਦੇ ਨਾਲ ਜਿਹੜਾ ਉਹ ਉਹਨਾਂ ਨੂੰ ਇਨਸਾਫ ਮਿਲਣ ਦੀ ਗੱਲ ਜਿਹੜੀ ਕਰਕੇ ਆਏ ਸੀ ਲੋਕ ਉਹ ਹੈ ਮੁੱਦਾ ਨਸ਼ਿਆਂ ਦਾ ਮੁੱਦਾ ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਮੁੱਦਾ ਬੇਰੋਜ਼ਗਾਰੀ ਨੂੰ ਖਤਮ ਕਰਨ ਦਾ ਖੋਰ ਬਹੁਤ ਸਾਰੇ 바ਲੇ ਪਰ ਪਰ ਕਲਵਾਗੀ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਕਿ ਪਰ ਇਹ ਵੀ ਹੋ ਸਕਦਾ ਨਾ ਕਿ ਕਿਉਂਕਿ ਜਿਸ ਤਰ੍ਹਾਂ ਇਹ ਆਵਾਜ਼ ਜਿਹੜੀ ਹੈ ਉਹ ਕੈਪਟਨ ਮਰੀਂਦਰ ਸਿੰਘ ਦੇ ਖਿਲਾਫ ਬੇਅਦਬੀ ਗੋਲੀਕਾਰ ਨੂੰ ਲੈ ਕੇ ਜਿਹੜੀ ਹੋਈ ਸੀ ਆ ਰਹੀ ਸੀ ਚਾਹੇ ਉਹ ਨਵਜੋਤ ਸਿੰਘ ਸਿੱਧੂ ਵੱਲੋਂ ਹੋਵੇ ਚਾਹੇ ਆਮ ਆਦਮੀ ਪਾਰਟੀ ਵੱਲੋਂ ਹੋਵੇ ਚਾਹੇ ਆਪਣਾ ਸ਼ੋਮਨੀ ਅਕਾਲੀ ਦਲ ਵੱਲੋਂ ਵੀ ਜਿਹੜੀ ਹੈ ਉਹ ਲਗਾਤਾਰ ਹੀ ਗੱਲ ਕੀਤੀ ਜਾ ਰਹੀ ਸੀ ਉਸ ਨੂੰ ਦਬਾਉਣ ਦੇ ਲਈ ਕਿਤੇ ਆਹ ਇੰਟਰਵਿਊ ਤਾਂ ਨਹੀਂ ਕਰਵਾਇਆ ਗਿਆ ਸਪੈਸ਼ਲ ਤੱਕ ਜਿਹੜਾ ਮਤਲਬ ਕਿ ਉਹ ਮੁੱਦਾ ਹੀ ਪਟਕਾ ਦਿੱਤਾ ਜਾਵੇ ਕਿਉਂਕਿ ਕੈਪਟਨ ਮਨਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਅੱਜ ਪੰਜਾਬ ਦੇ ਚਾਪਾ ਚੈਨਲਸ ਤੇ ਚਰਚਾ ਕਰੀ ਤਾਂ ਸਿਰਫ ਉਹੀ ਹੋ ਰਿਹਾ ਕਿ ਸਿੱਧੂ ਵਰਸਸ ਕੈਪਟਨ ਕੈਪਟਨ ਵਰਸਸ ਸਿੱਧੂ ਮੈਂ ਤਾਂ ਤਨੋਂ ਪਹਿਲੀ ਕਹਿ ਰਿਹਾ ਕਿ ਇੱਕ ਚੀਜ਼ ਨੂੰ ਸਾਰਾ ਦਾ ਸਾਰਾ ਮੁੱਦਾ ਪਟਕ ਕੇ ਰਹਿ ਗਏ ਨੇ ਜਿੰਨੇ ਮੁੱਦੇ ਸੀ ਉਹ ਸਾਰੇ ਦੇ ਸਾਰੇ ਫੋਕਸ ਜਿਹੜਾ ਕਿਤੇ ਹੋਰ ਜਾ ਵਟਿਆ ਇਸ ਵੇਲੇ ਕੋਈ ਵੇੜਾ ਸੀ ਜਦੋਂ ਸਾਰਾ ਦਾ ਸਾਰਾ ਫੋਕਸ ਜਿਹੜਾ ਸੀ ਆਮ ਲੋਕਾਂ ਦਾ ਉਹ ਕਿਸਾਨਾਂ ਦੇ ਉੱਤੇ ਸੀ ਜੀ ਪੰਜਾਬ ਦੀ ਸਿਆਸਤ ਮਰ ਚੁੱਕੀ ਸੀ ਜੋ ਕੋਈ ਵੀ ਬਿਆਨ ਦਿੰਦਾ ਸੀ ਉਹ ਉਹਨੂੰ ਕੋਈ ਧਿਆਨ ਹੀ ਨਹੀਂ ਦਿੰਦਾ ਸੀ ਸਿਆਸੀ ਮੁੱਦੇ ਇੱਕ ਬਿਲਕੁਲ ਦਬ ਕੇ ਰਹਿ ਗਏ ਸੀ ਤੇ ਜਿਉਂ-ਜਿਉਂ ਵੋਟਾਂ ਦਾ ਵੇਲਾ ਨਜ਼ਿਕ ਆਉਂਦਾ ਚਲਾ ਗਿਆ ਤਾਂ ਇਹ ਜਿਹੜੇ ਮੁੱਦੇ ਜਿਹੜੇ ਨੇ ਉਹ ਫੇਰ ਇੱਕ ਵਾਰੀ ਸਿਰ ਚੁੱਕਲੇ ਨੇ ਉਧਰੋਂ ਕਿਸਾਨ ਅੰਦੋਲਨ ਜਿਹੜਾ ਇਸ ਵੇਲੇ ਉਹ ਆਪਣੀ ਠੰਡੀ ਚਾਲ ਦੇ ਵਿੱਚ ਆ ਚੁੱਕਿਆ ਬੇਸ਼ੱਕ ਉਹ ਉਹ ਨਹੀਂ ਹੋਇਆ ਲੇਕਿਨ ਜਿਸ ਤਰੀਕੇ ਦੇ ਨਾਲ ਪਹਿਲਾਂ ਗਰਮ ਚਾਲ ਦੇ ਵਿੱਚ ਸੀਗਾ ਅੱਜ ਉਹ ਜਿਹੜਾ ਫਸਲਾਂ ਦੀ ਕਟਾਈ ਤੇ ਉਹਨਾਂ ਨੂੰ ਵੇਚਣ ਦਾ ਤੇ ਉਹ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਇਸ ਵੇਲੇ ਉਹ ਠੰਡੇ ਚਾਲ ਦੇ ਵਿੱਚ ਜੇ ਮੈਂ ਇਹ ਕਹਿ ਲਵਾਂ ਕਿ ਸ਼ਾਇਦ ਇਸ ਦੇ ਵਿੱਚ ਪੀਆਰ ਦਾ ਵੀ ਜਿਹੜਾ ਬਹੁਤ ਵੱਡਾ ਰੋਲ ਹੈ ਜੇ ਆਪਾਂ ਨਵਜੋਤ ਸਿੰਘ ਸੋਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਪੀਆਰ ਨੂੰ ਲੈ ਕੇ ਹਮੇਸ਼ਾ ਸਵਾਲ ਖੜੇ ਹੁੰਦੇ ਨੇ ਤੇ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਆਪਣਾ ਪ੍ਰਸ਼ਾਨ ਪ੍ਰਸ਼ਾਨਤ ਕਿਸ਼ੋਰ ਜਦੋਂ ਜੁੜੇ ਨੇ ਤਾਂ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਫੋਕਸ ਦੇ ਵਿੱਚ ਆਣਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੀ ਸਿਆਸਤ ਜਿਹੜੀ ਹੈਗੀ ਆ ਉਹ ਜਿਹੜੀ ਹੈ ਕਿ ਮੀਡੀਆ ਦੇ ਵਿੱਚ ਆਣੀ ਸ਼ੁਰੂ ਹੋ ਗਈ ਆ ਬਿਲਕੁਲ ਇਹ ਕਿਤਨਾ ਕਿਤੇ ਜਿਹੜੇ ਆ ਪੀਆਰ ਜਿਹੜੇ ਨੇ ਉਹ ਪੀਕੇ ਜਿਹੜੇ ਨੇ ਉਹ ਕਿਤਨਾ ਕਿਤੇ ਆਪਣੇ ਆਪ ਦੇ ਵਿੱਚ ਕਾਮਯਾਬੀ ਰਹਿ ਰਹੇ ਨੇ ਨਜ਼ਰ ਆ ਰਹੇ ਨੇ ਪਰ ਸੋਚਣ ਦੀ ਲੋੜ ਇਹ ਆ ਕਿ ਆਪਾਂ ਅਸਲ ਮੁੱਦਿਆਂ ਵੱਲ ਜਾਵਾਂਗੇ ਕਿ ਜਿਹੜੇ ਇਹ ਲੜਾਈ ਵੱਲ ਜਾਵਾਂਗੇ ਤੁਸੀਂ ਇੱਕ ਗੱਲ ਦੇਖੋ ਕਿ ਜਿਹੜੇ ਬੇਦਬੀ ਦੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਸਿਟ ਜਿਹੜੀ ਆ ਉਹ ਫੇਲ ਹੋਈ ਆ ਜੇਕਰ ਜੇਕਰ ਆਪਾਂ ਰਣਵੀਰ ਸਿੰਘ ਖਟੜਾ ਉਹਨਾਂ ਦੀ ਸਿਟ ਹਾਲੇ ਆਪਾਂ ਇਹ ਸੋਚ ਰਹੇ ਆ ਨਾ ਵੀ ਆਪਾਂ ਇੱਕ ਸਿਟ ਦੀ ਜਿਹੜੀ ਜਾਂਚ ਉਹ ਰੱਦ ਕੀਤੀ ਗਈ ਹੈ ਰਣਵੀਰ ਸਿੰਘ ਖਟੜਾ ਹੋਣਾ ਨੂੰ ਵੀ ਉਹਨਾਂ ਦੀ ਜਾਂਚ ਦੀ ਕਮੇਟੀ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ ਉਹਨਾਂ ਦੀ ਜਗ੍ਹਾ ਤੇ ਪੀਪੀਐਸ ਪਰਮਾਰ ਜਿਹੜੇ ਸੀਗੇ ਉਹਨਾਂ ਨੂੰ ਜਿਹੜਾ ਮੁਖੀ ਲਗਾਇਆ ਗਿਆ ਸੀ ਜਦੋਂ ਉਹਨਾਂ ਨੂੰ ਲਗਾਇਆ ਗਿਆ ਸੀ ਇਹ ਸਾਰੀ ਦੀ ਸਾਰੀ ਘਟਨਾ ਉਸ ਵੇਲੇ ਦੀ ਆ ਜਦੋਂ ਹਲੇ ਤੱਕ ਇਸ ਜਾਂਚ ਰਿਪੋਰਟ ਨੂੰ ਰੱਦ ਨਹੀਂ ਕੀਤਾ ਗਿਆ ਸੀ ਜੀ ਉਹ ਜਨਵਰੀ ਮਹੀਨੇ ਦੀ ਗੱਲ ਹੈ ਉਹਨਾਂ ਨੂੰ ਉਹ ਰਣਵੀਰ ਸਿੰਘ ਖਟੜਾ ਉਹਨਾਂ ਨੂੰ ਜਦੋਂ ਉੱਥੋਂ ਹਟਾ ਦਿੱਤਾ ਗਿਆ ਤਾਂ ਮੈਂ ਇੱਥੇ ਸਵਾਲ ਕਰਦਾ ਕਿ ਉਸ ਜਿਹੜੀ ਘਟਨਾ ਜਿਹੜੀ ਉਸ ਜਾਂਚ ਨੂੰ ਹਟਾਏ ਜਾਣ ਖਟੜਾ ਨੂੰ ਹਟਾਏ ਜਾਣ ਦੇ ਤੋਂ ਪੰਜਾਬ ਸਰਕਾਰ ਨੇ ਕੀ ਸਬਕ ਲਿਆ ਅੱਜ ਜਿਹੜਾ ਰੌਲਾ ਪਾ ਰਹੇ ਨੇ ਕਿ ਇਹਨਾਂ ਨੂੰ ਐਦਾਂ ਨਹੀਂ ਲੱਗਦਾ ਸੀਗਾ ਕਿ ਰਣਵੀਰ ਸਿੰਘ ਖਟੜਾ ਉਹਨਾਂ ਨੂੰ ਹਟਾ ਦਿੱਤਾ ਗਿਆ ਕੱਲ ਨੂੰ ਇਹ ਨਾ ਹੋਵੇ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਉੱਤੇ ਵੀ ਜਿਹੜੀ ਵੱਡੀ ਉਂਗਲ ਚੁੱਕੀ ਜਾਵੇ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਯਾਦ ਹੋਵੇਗਾ ਤੁਹਾਨੂੰ ਪਿਛਲੀਆਂ 2019 ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਸ ਵੇਲੇ ਇੱਕ ਵੱਡਾ ਡੈਲੀਗੇਸ਼ਨ ਜਾ ਕੇ ਅਕਾਲੀ ਦਲ ਦਾ ਉਹ ਚੋਣ ਕਮਿਸ਼ਨ ਨੂੰ ਮਿਲਿਆ ਸੀ ਤੇ ਇਹਨਾਂ ਨੂੰ ਜਾਂਚ ਤੋਂ ਹਟਾਏ ਜਾਣ ਦੀ ਮੰਗ ਕੀਤੀ ਸੀ ਉਹ ਚੀਜ਼ ਦੀ ਜਿਹੜੀ ਹੈ ਉਹ ਉਹ ਉਹਨੂੰ ਜਿਹੜਾ ਦਾਖਲ ਵੀ ਕੀਤਾ ਗਿਆ ਉਹਦੇ ਵਿੱਚ ਹੁਕਮ ਦੇ ਵਿੱਚ ਕੀਤਾ ਗਿਆ ਹਾਈ ਕੋਰਟ ਦੇ ਜਿਹੜਾ ਹੁਕਮ ਆਇਆ ਹੁਣ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਤੇ ਹੋਰ ਸਾਰੇ ਲੋਕ ਜਿਹੜੇ ਸੀ ਬਾਅਦ ਵਿੱਚ ਗਏ ਸੀ ਤੇ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਹੀ ਜਿਹੜਾ ਜਾਂਚ ਅਧਿਕਾਰੀ ਲਾਏ ਜਾਣ ਦੀ ਗੱਲ ਕੀਤੀ ਸੀ ਸਾਰੀਆਂ ਵਿਰੋਧੀ ਪਾਰਟੀਆਂ ਦੇ ਕਾਂਗਰਸੀ ਵੀ ਤੇ ਸਾਰੇ ਵੀ ਅੱਜ ਉਹੀ ਕਮਰਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਬੁਰੇ ਲੱਗਣ ਲੱਗ ਪਏ ਕਾਂਗਰਸੀਆਂ ਨੂੰ ਸਾਰਿਆਂ ਨੂੰ ਮੈਂ ਇਹ ਜਾਣਨਾ ਚਾਹਨਾ ਕਿ ਕੀ ਉਦੋਂ ਇਹਨਾਂ ਨੇ ਜਦੋਂ ਰਣਵੀਰ ਸਿੰਘ ਖਟਣਾ ਹੋਣਾਂ ਦੀ ਜਿਹੜੀ ਸਿੱਟ ਨੂੰ ਉਹਨਾਂ ਵਿੱਚੋਂ ਹਟਾਏ ਜਾਣ ਦੀ ਗੱਲ ਕੀਤੀ ਗਈ ਸੀ ਰਣਵੀਰ ਸਿੰਘ ਖਟਣਾ ਕੀ ਉਹਦੇ ਤੋਂ ਕੋਈ ਸਬਕ ਲਿਆ ਸੀ ਜੇ ਸਬਕ ਲਿਆ ਸੀ ਤਾਂ ਉਦੋਂ ਇਸ ਸਿੱਟ ਦੀ ਜਾਂਚ ਰੱਦ ਨਾ ਹੋ ਜਾਵੇ ਜਾਂ ਕੁਮਰਵਿਜੇ ਪ੍ਰਤਾਪ ਸਿੰਘ ਨੂੰ ਵਿੱਚੋਂ ਬਾਹਰ ਨਾ ਕੱਟ ਦਿੱਤਾ ਜਾਵੇ ਇਹ ਇਹਦੇ ਬਾਰੇ ਕੋਈ ਉਹਨਾਂ ਨੇ ਪ੍ਰੀਵੈਂਟਿਕ ਪ੍ਰੀਵੈਂਟਿਵ ਐਕਸ਼ਨ ਲਿਆ ਸੀ ਕੋਈ ਨਹੀਂ ਉਸੀ ਦਾ ਕੋਈ ਨਹੀਂ ਤੇ ਹੁਣ ਕੀ ਹੋਇਆ ਉਹ ਵੀ ਜਾਂਚ ਜਿਹੜੀ ਉਹ ਠੰਡੇ ਬਸਤੇ ਚ ਪੈ ਗਈ ਕਿਉਂਕਿ 3 ਮਹੀਨੇ ਹੋ ਚੁੱਕੇ ਨੇ 2 2.5 ਮਹੀਨੇ ਹੋ ਗਏ ਉਹਨਾਂ ਨੂੰ ਤੇ ਉਹਨਾਂ ਨੇ ਵੀ ਹਾਲੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਪਰਮਾਰ ਸਾਹਿਬ ਉਹਨਾਂ ਨੂੰ ਜਿਹੜੀ ਜਾਂ ਲਗਾਈ ਗਈ ਐਸਆਈਟੀ ਨੂੰ ਜਿਹੜਾ ਇੰਚਾਰਜ ਲਗਾਇਆ ਗਿਆ ਉਹਨਾਂ ਨੇ ਵੀ ਕੋਈ ਮੀਟਿੰਗ ਨਹੀਂ ਕੀਤੀ ਉਹ ਠੰਡੇ ਬਸਤੇ ਪੈ ਗਿਆ ਮਾਮਲਾ ਦੂਜੀ ਜਿਹੜੀ ਸਿੱਟਾ ਉਹ ਰੱਦ ਹੋ ਗਈ ਨਾ ਬੇਦਬੀ ਕਾਲੇ ਮਾਮਲੇ ਦੇ ਵਿੱਚ ਕੁਝ ਹੋ ਰਿਹਾ ਨਾ ਗੋਲੀ ਗਾਂਡ ਵਾਲੇ ਮਾਮਲੇ ਵਿੱਚ ਕੁਝ ਹੋ ਰਿਹਾ ਤੇ ਉਲਟਾ ਜਿਹੜਾ ਹਾਲੇ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਜਿਹੜਾ 23 13 ਮਈ ਨੂੰ ਜਿਹੜਾ ਫੈਸਲਾ ਹੋਣਾ ਮੈਨੂੰ ਲੱਗਦਾ ਕਿ ਉਹ ਵੀ ਨਾ ਰੱਦ ਹੋ ਜੇ ਸੋ ਕੁੱਲ ਮਿਲਾ ਕੇ ਅਗਰ ਦੇਖਿਆ ਜਾਵੇ ਤਾਂ ਅੰਤਿ ਅਖੀਰ ਦੇ ਵਿੱਚ ਕੀ ਆਇਆ ਵੱਡਾ ਸਾਰਾ ਸਿਫਰ ਜੀ ਤੇ ਆਪਾਂ ਉਸ ਸਿਫਰ ਦੇ ਵਿੱਚੋਂ ਦੀ ਵਿੱਚੋਂ ਦੀ ਝਾਕ ਰਹੇ ਹਾਂ ਆਪਾਂ ਨੂੰ ਸਿਫਰ ਨਹੀਂ ਨਜ਼ਰ ਆ ਰਿਹਾ ਆਪਾਂ ਉਸ ਸਿਫਰ ਦੇ ਵਿੱਚੋਂ ਦੀ ਝਾਕਦੇ ਹੋਏ ਕੈਪਟਨ ਤੇ ਸਿੱਧੂ ਦੀ ਆਪਸੀ ਜੰਗ ਨੂੰ ਦੇਖ ਰਹੇ ਹਾਂ ਉਹ ਜੰਗ ਨਾ ਦੇਖੋ ਤੁਸੀਂ ਉਸ ਵੱਡੇ ਸਾਰੇ ਸਿਫਰ ਨੂੰ ਦੇਖੋ ਕਿ ਉਹ ਸਿਫਰ ਜਿਹੜਾ ਉਹ ਕਿਹਦੀ ਵਜ੍ਹਾ ਨਾਲ ਆਇਆ ਕੀ ਸਫਰ ਜਿਹੜਾ ਉਹ ਜਿਹੜੇ ਲੋਕ ਲੜ ਰਹੇ ਨੇ ਅੱਜ ਕੀ ਉਹਨਾਂ ਦੀ ਵਜ੍ਹਾ ਨਾਲ ਆਇਆ ਜਾਂ ਫਿਰ ਇਹਦੇ ਪਿੱਛੇ ਦੇ ਕਾਰਨ ਕੋਈ ਹੋਰ ਨੇ ਅੱਜ ਨਵਜੋਤ ਸਿੰਘ ਸਿੱਧੂ ਹਣੀ ਅੱਜ ਬਾਜਵਾ ਅੱਜ ਦੁੱਲੋਂ ਅੱਜ ਅੱਜ ਚਾਰ ਬੰਦੇ ਹੋਰ ਇਹ ਸਾਰੇ ਦੇ ਸਾਰੇ ਰੌਲਾ ਪਾ ਰਹੇ ਨੇ ਬੇਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਨੂੰ ਜਿਹੜਿਆ ਉਹ ਨੂੰ ਲੈ ਕੇ ਰਾਜਨੀਤੀ ਤੇਜ਼ ਕੀਤੀ ਹੋਈ ਹੈ ਕੀ ਮੈਂ ਪੁੱਛਣਾ ਚਾਹਣਾ ਕਿ ਜਿਹੜੇ ਬਾਕੀ ਲੋਕ ਨੇ ਜਿਹੜੇ ਬਾਕੀ ਐਮਐਲਏ ਨੇ ਕਾਂਗਰਸ ਦੇ ਕੀ ਉਹਨਾਂ ਨੂੰ ਜਿਹੜਾ ਇਹ ਜਾਂਚ ਰਿਪੋਰਟ ਰੱਦ ਹੋਣ ਦਾ ਕੋਈ ਦੁੱਖ ਨਹੀਂ ਲੱਗਿਆ ਸੀਗਾ ਉਹਨਾਂ ਨੇ ਕਿਉਂ ਨਹੀਂ ਬਿਆਨ ਦਿੱਤਾ ਨੰਬਰ 2 ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਐ ਐਸਜੀਬੀਸੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਿੱਖਾਂ ਦੀ ਸਰਮੌਰ ਜਥੇਬੰਦੀ ਕਹੋ ਅਖਵਾਉਂਦੀ ਆ ਅੱਛਾ ਦੂਜੇ ਪਾਸੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਚਾਹੇ ਤੁਸੀਂ ਆਪਣਾ ਆ ਲਾ ਲਓ ਦਮਦਮੀ ਟਕਸਾਲ ਲਾ ਲਓ ਚਾਹੇ ਤੁਸੀਂ ਦਾਦੂਵਾਲ ਦਾਦੂਵਾਲ ਉਹਨਾਂ ਦਾ ਬਿਆਨ ਆਇਆ ਸੀਗਾ ਚਾਹੇ ਤੁਸੀਂ ਪੰਥਪ੍ਰੀਤ ਹਣੀ ਲਾ ਲਓ ਚਾਹੇ ਤੁਸੀਂ ਢੱਡਰੀਆਂ ਵਾਲੇ ਲਾ ਲਓ ਜਿੰਨੇ ਵੀ ਵੱਡੇ ਵੱਡੇ ਜਿਹੜੇ ਸੰਤ ਸਮਾਜ ਸੀਗਾ ਇਨਾ ਬਲੋਂ ਬੇਦਬੀ ਤੇ ਗੋਲੀकांड ਦੀਆਂ ਜਿਹੜੀਆਂ ਘਟਨਾਵਾਂ ਦੀ ਜਿਹੜੀ ਜਾਂਚ ਹੈ ਇਹ ਗੋਲੀकांड ਦੀ ਘਟਨਾ ਦੀ ਜਿਹੜੀ ਜਾਂਚ ਰਿਪੋਰਟ ਰੱਦ ਕੀਤੀ ਜਾਣ ਤੋਂ ਬਾਅਦ ਕਿਸੇ ਦਾ ਬਿਆਨ ਆਇਆ ਕੀ ਐਸਜੀਪੀਸੀ ਨੇ ਕੋਈ ਬਿਆਨ ਦਿੱਤਾ ਇਸ ਬਾਰੇ ਕੀ ਇਹ ਜੀ ਰਿਪੋਰਟ ਜਿਹੜੀ ਰੱਦ ਹੋਈ ਹੈ ਇਹ ਇਹਦੇ ਇਸ ਨੂੰ ਲੈ ਕੇ ਕੌਣ ਕਸੂਰਵਾਰ ਹੈ ਕੀ ਕਸੂਰਵਾਰ ਨੇ ਅਕਾਲੀ ਜਲ ਨੂੰ ਜਿਹੜਾ ਉਹ ਡਿਫੈਂਡ ਕਰਨਾ ਤਾਂ ਬੜਾ ਸੌਖਾ ਹੁੰਦਾ ਵੀ ਅਕਾਲੀ ਜਲ ਦੇ ਨੂੰ ਫਸਾਇਆ ਜਾ ਰਿਹਾ ਸੀ ਲੇਕਿਨ ਕੀ ਆਪਾਂ ਨੇ ਇਸ ਗੱਲ ਦੇ ਉੱਤੇ ਅਫਸੋਸ ਕੀਤਾ ਕਿ 4 ਸਾਲ ਹੋ ਗਏ ਇਸ ਮਾਮਲੇ ਨੂੰ ਲੈ ਕੇ ਹਾਲੇ ਤੱਕ ਕੁਝ ਨਹੀਂ ਹੋਇਆ 2 ਸਾਲ ਪੌਣੇ 2 ਸਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਕੱਟ ਗਈ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਤੇ 4 ਸਾਲ ਤੋਂ ਜਿਹੜੀ ਆ ਕਾਂਗਰਸ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਅਖੀਰ ਦੇ ਵਿੱਚ ਸਿਫਰ ਦੇ ਵਿੱਚੋਂ ਦੀ ਝਾਕ ਰਹੇ ਨੇ ਸਾਰੇ ਲੋਕ ਉਹਨਾਂ ਨੇ ਕੁਝ ਐਸਾ ਲੈਣਸ ਲਾਤਾ ਕਿ ਵਿੱਚੋਂ ਦੀ ਝਾਕ ਚਾਕਣ ਨੂੰ ਮਜਬੂਰ ਹੋ ਗਏ ਨੇ ਲੋਕੀ ਆਪਾਂ ਕਿਉਂ ਮੂਰਖ ਬਣ ਰਹੇ ਹਾਂ ਕਿਉਂ ਨਹੀਂ ਆਪਾਂ ਨੂੰ ਵੱਡਾ ਸਾਰਾ ਸਿਫਰ ਨਜ਼ਰ ਆ ਰਿਹਾ ਸਿਫਰ ਦੇਖੋ ਨਾ ਨਾ ਕਿ ਤੁਸੀਂ ਜਿਹੜਾ ਉਹ ਜਿਹੜੇ ਲੋਕ ਨੇ ਉਸ ਸਿਫਰ ਦੇ ਵਿੱਚੋਂ ਦੀ ਨਜ਼ਰ ਆ ਰਹ ਉਨਾ ਦੇਖੋ ਇਹ ਕੋਈ 22 ਕੋਪ ਨਹੀਂ ਚੱਲ ਰਿਹਾ ਜਿਹਦੇ ਵਿੱਚੋਂ ਤੁਸੀਂ ਝਾਕ ਕੇ ਸਾਰੇ ਅੱਗੇ ਜਾ ਕੇ ਫਿਲਮ ਦੇਖਣੀ ਹੈ ਤੁਸੀਂ ਇਹ ਦੇਖੋ ਕਿ ਉਹ ਜ਼ੀਫਰ ਜਿਹੜਾ ਉਹ ਆਇਆ ਕਿਤੇ ਕਰਕੇ ਪਰ ਇਹ ਜ਼ੀਫਰ ਜ਼ੀਫਰ ਦਾ ਫਾਇਦਾ ਜੇ ਆਪਾਂ ਗੱਲ ਕਰੀਏ ਤਾਂ ਜ਼ੀਫਰ ਦਾ ਫਾਇਦਾ ਕਿਤਨਾ ਕਿਤੇ ਪੋਲੀਟੀਕਲ ਪਾਰਟੀਆਂ ਨੂੰ ਤਾਂ ਹੈਗਾ ਹੀ ਆ ਲੋਕ ਠੀਕ ਹੈ ਹਰ ਵਾਰੀ ਦੇਖਣ ਨੂੰ ਆਉਂਦਾ ਕਿ 4 ਸਾਲ ਤੱਕ ਲੋਕ ਮੂਰਖ ਬਣਦੇ ਨੇ ਸੌਰੀ 4 ਸਾਲ ਤੱਕ ਸਰਕਾਰਾਂ ਜਿਹੜੀਆਂ ਨੇ ਉਹ ਲਾਰੇ ਲਾਉਂਦੀਆਂ ਰਹਿੰਦੀਆਂ ਨੇ ਆਖਰ ਦੇ ਵਿੱਚ ਥੋੜੇ ਜੇ ਕੰਮ ਕਰ ਦਿੰਦੇ ਨੇ ਲੋਕ ਕਹਿੰਦੇ ਕਿ ਵਾ 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 ਬਹੁਤ ਸਾਰੇ ਕੰਮ ਜਿਹੜੇ ਹੈਗੇ ਆਹਾ ਕਾਂਗਰਸ ਨੇ ਕੀਤੇ ਇਹ ਅਕਾਲੀਆਂ ਨੇ ਕੀਤੇ ਚਲੋ ਇਸ ਵਾਰੀ ਇਹਨਾਂ ਨੂੰ ਵੋਟਾਂ ਪਾ ਦਿੰਨੇ ਹੈਗੇ ਆ ਜ਼ੀਫਰ ਜਿਹੜਾ ਹੈਗਾ ਉਹ ਕਿਤਨਾ ਕਿਤੇ ਇਸ ਦਾ ਪਾਰਟੀ ਨਹੀਂ ਹੋ ਰਿਹਾ ਦੇਖੋ 72 ਸਾਲਾਂ ਦੀ ਰਾਜਨੀਤੀ ਨੂੰ ਅਗਰ ਚੱਕ ਕੇ ਵੇਖਿਆ ਜਾਵੇ ਸਿਆਸਤਦਾਨ ਇਹ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਕਿ ਲੋਕ ਬੜੀ ਜਲਦੀ ਭੁੱਲ ਜਾਂਦੇ ਨੇ ਜੇਕਰ ਆਪਾਂ ਕੰਮ ਪਹਿਲਾਂ ਕਰ ਦਿੱਤੇ ਵਾਦੇ ਪਹਿਲਾਂ ਪੂਰੇ ਕਰ ਦਿੱਤੇ ਤਾਂ ਜਦੋਂ ਸਰਕਾਰ ਜਾਣ ਦਾ ਵਿਲਾ ਹੋਏਗਾ ਲੋਕਾਂ ਨੇ ਉਦੋਂ ਤੱਕ ਭੁੱਲ ਜਾਣਾ ਜੇਕਰ ਲੋਕ ਭੁੱਲਦੇ ਨਾ ਤਾਂ ਜਿੰਨੇ ਵੀ ਅਗਰ ਤੁਸੀਂ ਬੇਦਵੀ ਤੇ ਗੋਲੀ ਕਾਂਡ ਦਾ ਹੋਇਆ ਉਸ ਤੋਂ ਬਾਅਦ 2017 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੂੰ ਹੁੰਜਾ ਫੇਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਦੋਂ 2019 2 ਸਾਲ ਬਾਅਦ ਹੀ ਜਿਨ੍ਹਾਂ ਲੋਕਾਂ ਦੇ ਉੱਤੇ ਦੋਸ਼ ਲੱਗ ਰਹੇ ਸੀਗੇ ਉਹੀ ਜਦੋਂ ਖੜੇ ਹੋਏ ਤਾਂ ਉਹ ਲੱਖਾਂ ਵੋਟਾਂ ਨਾਲ ਜਿੱਤ ਗਏ ਬਿਲਕੁਲ ਕੀ ਇਹ ਭੁੱਲ ਨਹੀਂ ਗਏ ਲੋਕੀ ਕੁਝ ਚਿਰ ਦੇ ਵਿੱਚ ਵਿੱਚ ਕੀ ਜੇਕਰ ਆਪਾਂ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦੇ ਉੱਤੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਜਿਹੜਾ ਦੋਸ਼ ਲੱਗੇ ਬਿਲਕੁਲ ਦਿੱਲੀ ਦੇ ਅੰਦਰ ਜਿਹੜੇ ਉਹ ਕਤਲੇਆਮ ਨਸਲਕੁਸ਼ੀ ਕਿਤੇ ਜਾਣਦੇ ਦੋਸ਼ ਲੱਗੇ ਪੰਜਾਬ ਦੇ ਵਿੱਚ 80 ਦੇ ਦਹਾਕੇ ਦੇ ਵਿੱਚ ਜਿਹੜੇ ਖਾਰਕੂਵਾਦ ਦੇ ਆੜ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਤੇ ਸਿੱਖਾਂ ਨੂੰ ਮਾਰਨ ਦੇ ਜਿਹੜੇ ਵੱਡੇ ਦੋਸ਼ ਸਾਹਮਣਾ ਕਰਨ ਕਰ ਰਹੇ ਸੀਗੇ ਇਹ ਤਿੰਨ ਵੱਡੇ ਜਿਹੜੇ ਇੱਕ ਕਾਰਨ ਹੋਣ ਦੇ ਬਾਵਜੂਦ ਵੀ ਕਿ ਲੋਕ ਭੁੱਲ ਨਹੀਂ ਗਏ ਕਿ ਲੋਕ ਜਿਹੜੇ ਨੇ ਉਹਨਾਂ ਨੇ ਸੈਂਟਰ ਦੇ ਵਿੱਚ ਨਹੀਂ ਵੋਟਾਂ ਪਾਈਆਂ ਉਹਨਾਂ ਨੂੰ ਸੈਂਟਰ ਦੇ ਵਿੱਚ ਸਰ ਸਰਕਾਰਾਂ ਨਹੀਂ ਆਏ ਕਾਂਗਰਸੀਆਂ ਜਾਂ ਫਿਰ ਇਹਨਾਂ ਨੂੰ ਇੱਥੇ ਨਹੀਂ ਆਈਆਂ ਪੰਜਾਬ ਦੇ ਵਿੱਚ ਦੋ ਵਾਰ ਨਹੀਂ ਆਗੀਆਂ ਲੋਕ ਭੁੱਲਣ ਹਾਰ ਨੇ ਬੜੀ ਜਲਦੀ ਭੁੱਲ ਜਾਂਦੇ ਨੇ ਤੇ ਇਹ ਨਵਜ ਸਿਆਸਤਦਾਨ ਬੜੀ ਜਲਦੀ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਉਹਨਾਂ ਦਾ ਉਹਨਾਂ ਨੂੰ ਇਹ ਜਾਣ ਚੁੱਕੇ ਨੇ ਕਿ ਜਦੋਂ ਜਦੋਂ ਵੀ ਅਸੀਂ ਪਹਿਲਾਂ ਸਾਰਾ ਕੁਝ ਪੂਰਾ ਕਰ ਦਿੱਤਾ ਤਾਂ ਸਾਡਾ ਜਿਹੜਾ ਸਾਨੂੰ ਕੁਝ ਨਹੀਂ ਵਟਣਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਨੂੰ ਕੋਈ ਵੋਟਾਂ ਪਾਉਣ ਵਾਲਾ ਨਹੀਂ ਜੇ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੇ ਜਿਹੜੇ ਜਿਸ ਵੇਲੇ ਜੋਸ਼ ਪੈਦਾ ਹੁੰਦਾ ਜੀ ਜਦੋਂ ਜੋਸ਼ ਹੁੰਦਾ ਕਿਸੇ ਦੇ ਵਿਰੁੱਧ ਲਹਿਰ ਪੈਦਾ ਹੁੰਦੀ ਹੈ ਤਾਂ ਉਦੋਂ ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਜਿੰਨੇ ਮਰਜ਼ੀ ਕੋਈ ਲਾਲਚ ਦੇਈ ਜਾਵੇ ਉਦੋਂ ਕੋਈ ਕਿਸੇ ਦੇ ਹੱਕ 'ਚ ਨਹੀਂ ਖੜਦਾ ਹੂੰ ਜਿਉਂ ਹੀ ਉਹ ਜਿਹੜਾ ਉਹ ਲਹਿਰ ਹੈ ਉਹ ਠੰਡੀ ਹੁੰਦੀ ਹੈ ਤਾਂ ਫਿਰ ਜਿਹੜੇ ਲੋਕੀ ਭੁੱਲ ਕੇ ਉਹ ਨਾ ਉਹਨਾਂ ਕੰਮਾਂ ਦੇ ਵਿੱਚ ਲੱਗ ਜਾਂਦੇ ਯਾਰ ਲਹਿਰ 2014 ਚ ਵੀ ਆਮ ਆਦਮੀ ਪਾਰਟੀ ਦੇ ਲਈ ਹੋਈ ਸੀ 2017 ਦੇ ਵਿੱਚ ਵੀ ਸੀ ਪਰ ਆਖਰੀ ਮੂਮੈਂਟ ਤੇ ਜਿਹੜਾ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਜਿਹੜੀ ਉਹ ਮਿੱਟੀ ਪੈ ਗਈ ਉਹ ਤਾਂ ਕਰ ਚਲੋ ਆਪਾਂ ਤੁਹਾਨੂੰ ਦੇਖੋ ਉਹਨਾਂ ਦੀ ਆਪਣੀਆਂ ਕਮੀਆਂ ਸੀਗੇ ਛੋਟੇਪੁਰ ਨੂੰ ਬਾਹਰ ਕੱਢ ਦਿੱਤਾ ਹੋਰ ਬੜੇ ਕੰਮ ਇਹ ਜੇ ਹੋਏ ਜਿਹਦੇ ਕਰਕੇ ਜਿਹੜਾ ਉਹ ਉਹਨਾਂ ਦੇ ਜਿਹੜੇ ਵੇਵ ਹੈ ਉਹਨੂੰ ਨੁਕਸਾਨ ਪਹੁੰਚਿਆ ਸੀ ਉਹ ਉਹਦੀ ਇੱਕ ਵੱਖਰੀ ਚਰਚਾ ਹੈਗੀ ਹੈ ਪਰ ਯਾਦ ਹੋਵੇਗਾ ਤੁਹਾਨੂੰ ਕਿ ਜਦੋਂ 92 ਤੋਂ ਲੈ ਕੇ 97 ਤੱਕ ਕਾਂਗਰਸ ਦੀ ਸਰਕਾਰ ਰਹੀ ਸੀ ਤਾਂ ਕਾਂਗਰਸ ਦੀ ਸਰਕਾਰ ਦੇ ਵਿੱਚ ਜਾਂਦੇ ਜਾਂਦੇ ਬੀਬੀ ਰਜਿੰਦਰ ਕੌਰ ਪੱਠਲ ਹੋਣੀ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਆ ਉਹ ਕਿਸਾਨਾਂ ਨੂੰ ਮੁਫਤ ਕਰ ਗਈ ਸੀ ਜੀ ਪਰ ਉਹਦਾ ਕੀ ਉਹਨਾਂ ਦੀ ਸਰਕਾਰ ਆ ਗਈ ਦੁਬਾਰਾ ਫੇਰ ਉਸ ਵੇਲੇ ਜਿਹੜੀ ਆ ਉਹ ਅਕਾਲੀ ਜਲਦੀ ਸਰਕਾਰ ਆਈ ਸੀ ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਉਹ ਇਹ ਐਨਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਉਹ ਨਾਲ ਜਿਹੜੀ ਲਹਿਰ ਇੱਕ ਵਾਰ ਉੱਠਦੀ ਆ ਉਹ ਕੁਝ ਚਿਰ ਬਾਅਦ ਵੀ ਸ਼ਾਂਤ ਹੋ ਜਾਂਦੀ ਆ ਇਹ ਚੀਜ਼ ਨੂੰ ਨਬਜ਼ ਨੂੰ ਜਿਹੜੇ ਨੇ ਉਹ ਲੋਕ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਸਰਕਾਰ ਜਿਹੜੇ ਇਹ ਸਿਆਸਤਦਾਨ ਨੇ ਇਹ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਕਿ ਜਦੋਂ ਲਹਿਰ ਬਣੀ ਹੋਵੇ ਉਦੋਂ ਨਾ ਛੇੜੋ ਜਦੋਂ ਲਹਿਰ ਦੱਬ ਜਾਂਦੀ ਆ ਉਦੋਂ ਫੇਰ ਉਹ ਮੁੱਦੇ ਜਿਹੜੇ ਦੁਬਾਰਾ ਲਿਆਉਂਦੇ ਨੇ ਉਹੀ ਫੇਰ ਸਾਰਾ ਕੁਝ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਹੁਬੁ ਹੁਬਕੇ ਜਿਹੜਾ ਚਾਰੇ ਪਾਸੇ ਰੌਲਾ ਪਾ ਰਹੇ ਨੇ ਕਿ ਹਾਂ ਜੀ ਇਹ ਤਾਂ ਸਾਨੂੰ ਫਸਾਇਆ ਗਿਆ ਜੀ ਕੁਮਰ ਵਿਜੇ ਵਰਤਾਪ ਸਿੰਘ ਨਟਵਰ ਲਾਲ ਨੇ ਜੀ ਹਾਂ ਜੀ ਇਹ ਜਿਹੜੀ ਦੂਜੀ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਹੈ ਰੰਦਾਵਾ ਤਰਪ ਸਿੰਘ ਜਿੰਦਰ ਸਿੰਘ ਬਾਦਵਾ ਹੈ ਨਾ ਕੈਪਟਨ ਮਨਿੰਦਰ ਸਿੰਘ ਇਹ ਜੋੜ ਇਹਨਾਂ ਇਹ ਸਾਰੇ ਜਿਹੜੇ ਨੇ ਇਸ ਨਟਵਰ ਲਾਲ ਨੂੰ ਚਲਾਉਣ ਵਾਲੇ ਨੇ ਜੀ ਹਾਂ ਤਾਂ ਕੁੱਲ ਮਿਲਾ ਕੇ ਕੋ ਅਗਰ ਇਹ ਕਿਆ ਲੈ ਜਾਵੇ ਕਿ ਮੁੱਦਿਆਂ ਨੂੰ ਦਬਾ ਦਿੱਤਾ ਗਿਆ ਤੇ ਰਾਜਨੀਤੀ ਹਾਵੀ ਕਰ ਲਿੱਤੀ ਗਈ ਜੀ ਇਹਦੇ ਵਿੱਚ ਕੋਈ ਕਥਤ ਕਥਨੀ ਨਹੀਂ ਹੋਏਗੀ ਅੱਜ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਜੀ ਕਿ ਆ ਸਾਨੂੰ ਚਾਹੀਦਾ ਕੀ ਹੈ ਕੀ ਸਾਨੂੰ ਪੰਜਾਬ ਦੀ ਖੁਸ਼ਹਾਲੀ ਚਾਹੀਦੀ ਹੈ ਕਿ ਸਾਨੂੰ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਾਉਣਾ ਹੈ ਜਾਂ ਫਿਰ ਆ ਧਰਮ ਦੀ ਰਾਜਨੀਤੀ ਵਿੱਚ ਪੈ ਕੇ ਉਹੀ ਕੁਝ ਕਰਨਾ ਜਿਹੜਾ ਕਿ ਅੱਜ ਤੱਕ ਹੁੰਦਾ ਆਇਆ ਧਰਮ ਦੀ ਰਾਜਨੀਤੀ ਦੇ ਵਿੱਚ ਜਦੋਂ ਜਦੋਂ ਵੀ ਕੁਝ ਰਾਜਨੀਤੀ ਤੇਜ਼ ਹੋਈ ਹੈ ਉਦੋਂ ਉਦੋਂ ਇਨਸਾਨੀਅਤ ਦਾ ਘਾਣ ਹੋਇਆ ਉਹਦੇ ਚਾਹੇ ਤੁਸੀਂ ਸੈਂਟਰ ਦੀ ਵਿੱਚ ਦੇਖ ਲਓ ਤੁਸੀਂ ਅੱਜ ਜਿਹੜਾ ਬੀਜੇਪੀ ਦੀ ਰਾਜਨੀਤੀ ਹੈ ਜਿੱਥੇ ਜਿੱਥੇ ਵੀ ਧਰਮ ਦੀ ਰਾਜਨੀਤੀ جاری ਆ ਉੱਥੇ ਉੱਥੇ ਕਤਲੋਗਾਰਤ ਹੋ ਰਹੀ ਹੈ ਉੱਥੇ ਉੱਥੇ ਕਤਲੋਗਾਰਤ ਹੋਣ ਤੋਂ ਬਾਅਦ ਜਿਹੜੀਆਂ ਜਿਹੜੀਆਂ ਪਾਰਟੀਆਂ ਧਰਮ ਦੀ ਰਾਜਨੀਤੀ ਕਰ ਰਹੀਆਂ ਨੇ ਉਹ ਸੱਤਾ ਚਾਹੁੰਦੀਆਂ ਜਾ ਰਹੀਆਂ ਨੇ ਤੇ ਨੁਕਸਾਨ ਕਿਦਾ ਹੋ ਰਿਹਾ ਆਮ ਲੋਕਾਂ ਦਾ ਸੋ ਧਰਮ ਦੀ ਰਾਜਨੀਤੀ ਨੂੰ ਆਪਾਂ ਨੂੰ ਇੱਕ ਪਾਸੇ ਰੱਖ ਕੇ ਜਿਹੜਾ ਉਹ ਇਨਸਾਨੀਅਤ ਜਿਹੜਾ ਉਹ ਦੇਖਣਾ ਪਏਗਾ ਆਪਣੇ ਅਸਲ ਮੁੱਦਿਆਂ ਵੱਲ ਧਿਆਨ ਦੇਣਾ ਹੋਵੇਗਾ ਤੇ ਲੋੜ ਹੈ ਕਿ ਆਪਾਂ ਨੂੰ ਸਮਝਦਾਰ ਬਣਨ ਦੀ ਜਿਹੜੇ ਨਸ਼ਿਆਂ ਦੇ ਮੁੱਦੇ ਨੂੰ ਖਤਮ ਕਰਨ ਲਈ ਨੇ ਜਿਹੜਾ ਨਸ਼ਿਆਂ ਨੂੰ ਖਤਮ ਕਰ ਲਿਆ ਜੇ ਅਸੀਂ ਵੋਟਾਂ ਪਾ ਰਹੇ ਹਾਂ ਤੇ ਮੈਂ ਇਹ ਦਾਅਵੇ ਨਾਲ ਕਹਿੰਦਾ ਕਿ ਉਹ ਵੋਟਾਂ ਤਾਂ ਉਸ ਮੁੱਦੇ ਦੇ ਉੱਤੇ ਪਾਉਂਦੇ ਨੇ ਕਿ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਏਗਾ ਪਰ ਉਹ ਵੋਟਾਂ ਪਾਣ ਲਈ ਉਹ ਨਸ਼ਾ ਲੈਂਦੇ ਨੇ ਉਹ ਵੋਟਾਂ ਪਾਣ ਲਈ ਉਹਨਾਂ ਨੂੰ ਬੋਤਲਾਂ ਦਿੱਤੀਆਂ ਜਾਂਦੀਆਂ ਨੇ ਉਹ ਵੋਟਾਂ ਪਾਣ ਲਈ ਉਹਨਾਂ ਨੂੰ ਹਫੀਮ ਦਿੱਤੀ ਜਾਂਦੀ ਆ ਪੁੱਕੀ ਦਿੱਤੀ ਜਾਂਦੀ ਆ ਇਸ ਗੱਲ ਦੇ ਸਬੂਤ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੇ ਸਾਹਮਣੇ ਆ ਚੁੱਕੇ ਨੇ ਫਿਰ ਆਪਾਂ ਕਿੱਥੇ ਖੜੇ ਆ ਕੀ ਆਪਾਂ ਕੱਚ ਦੀ ਗਲਾਸੀ ਤੇ ਚਾਂਦੀ ਦੀ ਜੁੱਤੀ ਮਾਰ ਜੁੱਤੀ ਦੀ ਮਾਰ ਸੈਣ ਚੁੱਕੀਆਂ ਕੀ ਆਪਾਂ ਅਕਲ ਆਪਾਂ ਨੂੰ ਕਦੋਂ ਆਏਗੀ ਜਦੋਂ ਆਪਾਂ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਇਸ ਤਰ੍ਹਾਂ ਦੇ ਸਿਸਟਮ ਦੇ ਉੱਤੇ ਵੋਟਾਂ ਪਾਵਾਂਗੇ ਆਪਾਂ ਨੂੰ ਪੈਸੇ ਦੇਤੇ ਆਪਾਂ ਨੂੰ ਨਸ਼ਾ ਦਿੱਤਾ ਤਾਂ ਫਿਰ ਆਪਾਂ ਕੀ ਹਾਸ ਕਰਦੇ ਆ ਇਹ ਜੇ ਸਿਆਸਤਦਾਨਾਂ ਤੋਂ ਕਿ ਆਪਾਂ ਆਪਾਂ ਨੂੰ ਕੋਈ ਹੱਕ ਹੈ ਕਿ ਆਪਾਂ ਇਹਨਾਂ ਨੂੰ ਦੋਸ਼ੀ ਠਹਿਰਾ ਸਕੀਏ ਆਪਾਂ ਨੂੰ ਕੋਈ ਹੱਕ ਨਹੀਂ ਹੈ ਕਿ ਆਪਾਂ ਇਹਨਾਂ ਨੂੰ ਦੋਸ਼ੀ ਠਹਿਰਾ ਸਕੀਏ ਆਪਾਂ ਐਵੇਂ ਜੁੱਤੀਆਂ ਖਾਂਦੇ ਆਏ ਆ ਤੇ ਐਵੇਂ ਖਾਵਾਂਗੇ ਬਿਲਕੁਲ ਵਲਵਾਂ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਕੁਵਰ ਬੀਜੇ ਪ੍ਰਤਾਪ ਦੀ ਗੱਲ ਕੀਤੀ ਆ ਕੁਵਰ ਪੀਜੇ ਪ੍ਰਤਾਪ ਉਹਨਾਂ ਨੇ ਜਿਹੜੀ ਚਾਰ ਸ਼ੀਟ ਪੇ ਲਾਈ ਵੀ ਸੀ ਠੀਕ ਹੈ ਉਹਦੇ ਵਿੱਚ ਕੋਟਕਪੁਰਾ ਗੋਲੀਕਾਨ ਨੂੰ ਲੈ ਕੇ ਵੀ ਜਿਹੜਾ ਹੁਣ ਸਾਹਮਣੇ ਆਇਆ ਕਿ ਉੱਥੇ ਉਹ ਕੇਸ ਜਿਹੜਾ ਹੈਗਾ ਉਹ ਅਦਾਲਤ ਕੋਲ ਰੱਦ ਕਰ ਦਿੱਤਾ ਗਿਆ ਸੱਤ ਜਿਹੜੇ ਰੂਪੀ ਬਣਾਏ ਗਏ ਸੀ ਉਸ ਕੇਸ ਨੂੰ ਲੈ ਕੇ ਉਹਨਾਂ ਨੂੰ ਕਿਤਨਾ ਕਿਤੇ ਇਸ ਕੇਸ ਦੇ ਵਿੱਚ ਫਾਇਦਾ ਹੋਏਗਾ ਕਿਉਂਕਿ ਪਹਿਲਾਂ ਉਹਨਾਂ ਵੀ ਆ ਜਿਵੇਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਉਹ ਫਿਰ ਦੁਬਾਰਾ ਹੁਣ ਬਹਾਲ ਵੀ ਹੋਣਗੇ ਕਿਉਂਕਿ ਜਦੋਂ ਉਹਨਾਂ ਤੇ ਕੇਸ ਹੀ ਨਹੀਂ ਰਿਹਾ ਤਾਂ ਉਹ ਬਹਾਲ ਵੀ ਹੋਣਗੇ ਤੁਹਾਨੂੰ ਲੱਗਦਾ ਹੈ ਕਿ ਹੁਣ ਕੁਵਰ ਵਿਜੇ ਪ੍ਰਤਾਪ ਆਈਜੀ ਨਹੀਂ ਰਹੇ ਹੁਣ ਉਮਰ ਨੰਗਲਹੋਰੀ ਆਈਜੀ ਬਣ ਜਾਣਗੇ ਕੱਲ ਸਰਕਾਰ ਚੇਂਜ ਹੁੰਦੀ ਹੈ ਕੁਝ ਹੁੰਦਾ ਹੈ ਕਿਆ ਕੁਵਰ ਵਿਜੇ ਪ੍ਰਤਾਪ ਦੇ ਨਾਲ ਖੁੰਦਕ ਜਿਹੜੀ ਹੈਗੀ ਉਹ ਵੀ ਕੱਟੀ ਜਾ ਸਕਦੀ ਹੈ ਕਿਉਂਕਿ ਆਪਸਰਾ ਕੋਈ ਰਾਜਨੀਤੀ ਚ ਹਮੇਸ਼ਾ ਵੇਖਿਆ ਗਿਆ ਹੈ ਕਿ ਇੱਕ ਰਾਜਨੇਤਾ ਦੂਜੇ ਰਾਜਨੇਤਾ ਦੇ ਜੁਰੂਰ ਖੁੰਦਕ ਕੱਢਦਾ ਹੈ ਕਿਆ ਆਫੀਸਰ ਲੈਵਲ ਤੇ ਵੀ ਇਹ ਚੀਜ਼ ਵੇਖਣ ਨੂੰ ਮਿਲ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਔਫੀਸਰ ਲੈਵਲ ਦੇ ਉੱਤੇ ਤਾਂ ਪਤਾ ਨਹੀਂ ਪਰ ਮੈਨੂੰ ਇਹ ਉਹਦੀ ਤਾਂ ਚਰਚਾ ਆਪਾਂ ਬਾਅਦ ਚ ਕਰਦੇ ਆ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਹੁਣੀ ਤੋਂ ਸਾਰਾ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਚਿਘੇਰਨਾ ਸ਼ੁਰੂ ਕਰ ਦਿੱਤਾ ਜਿਉਂ ਹੀ ਉਹਨਾਂ ਨੇ ਅਸਤੀਫਾ ਦਿੱਤਾ ਪਹਿਲਾਂ ਤੁਸੀਂ ਕੈਪਟਨ ਬ੍ਰਿੰਦਰ ਸਿੰਘ ਉਹਨਾਂ ਦਾ ਬਿਆਨ ਦੇਖੋ ਜੀ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਅਸਤੀਫਾ ਦੇਣ ਦੀ ਗੱਲ ਕਰਦੇ ਨੇ ਤਾਂ ਕੈਪਟਨ ਬ੍ਰਿੰਦਰ ਸਿੰਘ ਉਹਨਾਂ ਦਾ ਵੱਡਾ ਬਿਆਨ ਹੁੰਦਾ ਕਿ ਇੱਕ ਵੱਡੇ ਜਿਹੜੇ ਇੱਕ ਬੜੇ ਇਮਾਨਦਾਰ ਬੜੇ ਵਧੀਆ ਜਿਹੜੇ ਇੱਕ ਇਨਵੈਸਟੀਗੇਟਿੰਗ ਆਫੀਸਰ ਨੇ ਇਹੋ ਜਿਹੇ ਅਧਿਕਾਰੀਆਂ ਨੂੰ ਸਰਹੱਦੀ ਸੂਬੇ ਨੂੰ ਬਹੁਤ ਲੋੜ ਹੈ ਜੀ ਇੱਕ ਕੈਪਟਨ ਬਿੰਦਰ ਸਿੰਘ ਹੋਂ ਦਾ ਪਹਿਲਾ ਬਿਆਨ ਹੋਂ ਦਾ ਕੁਮਰ ਵਿਜੇ ਪ੍ਰਤਾਪ ਸਿੰਘ ਹੋਂਾਂ ਵੱਲੋਂ ਕੀਤੀ ਗਈ ਜਾਂਚ ਤੇ ਮੈਨੂੰ ਪੂਰਾ ਭਰੋਸਾ ਹੈ ਬਿਲਕੁਲ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਉਹੀ ਕਾਂਗਰਸ ਦੇ ਆਗੂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕੁਮਰ ਵਿਜੇ ਪ੍ਰਤਾਪ ਸਿੰਘ ਹੋਂਾਂ ਤੇ ਪਰਚਾ ਦਰਜ ਕਰਨ ਦੀ ਗੱਲ ਕਰਦੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਂਾਂ ਦੀ ਜਾਂਚ ਜਿਹੜੀ ਆ ਉਹ ਉਹ ਨੂੰ ਉਹਦੇ ਤੇ ਵੱਡੀਆਂ ਉਂਗਲਾਂ ਚੱਕਦੇ ਨੇ ਏਜੀ ਦਾ ਬਚਾਅ ਕਰਦੇ ਨੇ ਅਤਲ ਨੰਦਾ ਦਾ ਤੇ ਇਹ ਕਹਿੰਦੇ ਨੇ ਕਿ ਜੇਕਰ ਜਿਹੜੇ ਜਿਹੜੇ ਦੋਸ਼ ਉਹਨਾਂ ਨੇ ਲਾਏ ਨੇ ਉਹਦੇ ਸਬੂਤ ਲੈ ਕੇ ਆਓ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਅਸੀਂ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਖਿਲਾਫ ਜਿਹੜੇ ਉਹ ਜਾਂਚ ਬਿਠਾਵਾਂਗੇ ਜੇਕਰ ਜਾਂਚ ਦੇ ਵਿੱਚ ਕੋਈ ਦੋਸ਼ੀ ਨਿਕਲਦੇ ਨੇ ਤਾਂ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਏਗਾ ਜੀ ਇਹ ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਬਿਆਨ ਲੱਗ ਰਿਹਾ ਸੀ ਉਹਨਾਂ ਦਾ ਪੂਰੀ ਦੀ ਪੂਰੀ ਇੰਟਰਵਿਊ ਦੇ ਵਿੱਚ ਕਿ ਜਿਵੇਂ ਉਹ ਪਹਿਲਾਂ ਹੀ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਦੋਸ਼ੀ ਮੰਨ ਚੁੱਕੇ ਨੇ ਜੀ ਤੇ ਜਿੱਦਾਂ ਦੇ ਬਿਆਨ ਜਿਹੜੇ ਨੇ ਉਹ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਕੈਪਟਨ ਬ੍ਰਿੰਦਰ ਸਿੰਘ ਉਹਨਾਂ ਦੇ ਬਹੁਤ ਕਰੀਬੀ ਮੰਨੇ ਜਾਂਦੇ ਨੇ ਜਿੱਦਾਂ ਦਾ ਬਿਆਨ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਦਾ ਆਉਂਦਾ ਉਸ ਤੋਂ ਬਾਅਦ ਕੈਪਟਨ ਉਹ ਕੈਪਟਨ ਬ੍ਰਿੰਦਰ ਸਿੰਘ ਜਿਹੜੇ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਇੱਕ ਬੜਾ ਵਧੀਆ ਅਧਿਕਾਰੀ ਮੰਨੇ ਸੀ ਉਹਨਾਂ ਦੀ ਲੋੜ ਕਹਿੰਦੇ ਸੀ ਸਰਹੱਦੀ ਸੂਬੇ ਨੂੰ ਉਹਨਾਂ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਦੀ ਜਾਂਚ ਤੇ ਮੈਨੂੰ ਪੂਰਾ ਭਰੋਸਾ ਇਹ ਉਦੋਂ ਦੀ ਗੱਲ ਹੈ ਜਦੋਂ ਹਾਈ ਕੋਰਟ ਦਾ ਫੈਸਲਾ ਆ ਚੁੱਕਿਆ ਸੀ ਉਸ ਤੋਂ ਪਹਿਲਾਂ ਦੀ ਨਹੀਂ ਹੈ ਉਸ ਤੋਂ ਬਾਅਦ ਇਹ ਕਹਿੰਦੇ ਨੇ ਵੀ ਮੈਨੂੰ ਉਹਨਾਂ ਦੀ ਜਾਂਚ ਤੇ ਭਰੋਸਾ ਹੈ ਇੱਕ ਵਧੀਆ ਅਧਿਕਾਰੀ ਨੇ ਸੂਬੇ ਨੂੰ ਲੋੜ ਹੈ ਉਹ ਕੈਪਟਨ ਬਰਿੰਦਰ ਸਿੰਘ ਜਦੋਂ ਉਹਨਾਂ ਦੇ ਆਪਣੇ ਹੀ ਮੰਤਰੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕਰਦੇ ਨੇ ਇੱਕ ਦੋਸ਼ੀ ਠਰਾਦਣ ਦੇ ਨੇ ਗੱਲਾਂ-ਗੱਲਾਂ ਦੇ ਵਿੱਚ ਉਦੋਂ ਕੈਪਟਨ ਬਰਿੰਦਰ ਸਿੰਘ ਚੁੱਪ ਰਹਿੰਦੇ ਨੇ ਜੀ ਉਹ ਕੈਪਟਨ ਬਰਿੰਦਰ ਸਿੰਘ ਚੁੱਪ ਰਹਿੰਦੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਨਟਵਰ ਲਾਲ ਦੱਸ ਰਿਹਾ ਉਹ ਕੈਪਟਨ ਬਰਿੰਦਰ ਸਿੰਘ ਉਹਨਾਂ ਨੂੰ ਚੁੱਪ ਰਹਿੰਦੇ ਨੇ ਜਦੋਂ ਉਹਨਾਂ ਨੂੰ ਉਹਨਾਂ ਦੇ ਮੰਤਰੀਆਂ ਨੂੰ ਉਹਨਾਂ ਨਾਲ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨਾਲ ਰ ਕਿੱਥੋਂ ਦੀ ਚੱਲ ਰਿਹਾ ਇਹ ਇੱਕ ਘੇਰਾ ਨਹੀਂ ਪੈ ਰਿਹਾ ਕੁਮਰਜੀਤ ਪ੍ਰਤਾਪ ਹਾਂ ਆ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੋਵੇ ਕਿ ਕੁਵਰ ਵਿਜੇ ਪ੍ਰਤਾਪ ਹੋ ਸਕਦਾ ਹੈ ਸਿਆਸਤ ਦੇ ਵਿੱਚ ਆ ਸਕਦੇ ਆ ਜੇਕਰ ਅੱਜ ਅਸੀਂ ਉਹਨਾਂ ਦਾ ਹੱਕ ਤੇ ਵਿੱਚ ਉਹਨਾਂ ਕੋਈ ਬਿਆਨਬਾਜ਼ੀ ਕਰਦੇ ਆ ਤਾਂ ਉਸ ਦਾ ਫਾਇਦਾ ਕਿਤੇ ਨਾ ਕਿਤੇ ਕੁਵਰ ਵਿਜੇ ਪ੍ਰਤਾਪ ਨੂੰ ਜਦੋਂ ਸਿਆਸਤ 'ਚ ਜੇਕਰ ਉਹ ਆਉਂਦੇ ਨੇ ਤਾਂ ਉਹਨਾਂ ਦਾ ਫਾਇਦਾ ਵੀ ਹੋ ਸਕਦਾ ਉਸ ਨੂੰ ਲੈ ਕੇ ਦੇਖੋ ਸਿਆਸਤ ਦੇ ਵਿੱਚ ਜਿੱਥੇ ਤੱਕ ਆਉਣ ਦੀ ਗੱਲ ਹੈ ਹੂੰ ਅ ਜਿੱਦਾਂ ਦੀਆਂ ਕਨਸੋਈਆਂ ਆ ਰਹੀਆਂ ਨੇ ਜੀ ਉਹ ਮੈਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਸਕਦੇ ਨੇ ਜੀ ਤੇ ਜੇਕਰ ਉਹ ਸਿਆਸਤ ਦੇ ਵਿੱਚ ਆਉਂਦੇ ਨੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਵੱਡਾ ਜਿਹੜਾ ਪੱਤਾ ਖੇਡਣ ਦੀ ਕੋਸ਼ਿਸ਼ ਹੋਏਗੀ ਤੇ ਸਿਆਸਤ ਦੇ ਵਿੱਚ ਆ ਕੇ ਅੱਗੇ ਚੱਲ ਕੇ ਸਮੀਕਰਨ ਕੀ ਬਣਦੇ ਨੇ ਹੁਣ ਤੁਸੀਂ ਇੱਕ ਗੱਲ ਦੇਖੋ ਵੀ ਜੇ ਪਿੰਡਾਂ ਦੇ ਵਿੱਚ ਜੇਕਰ ਸਰਵੇਖਣ ਕੀਤਾ ਜਾ ਰਿਹਾ ਹੈ ਤਾਂ ਉਹ ਸਰਵੇਖਣ ਦੇ ਵਿੱਚ ਇੱਕ ਚੀਜ਼ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜੇਕਰ ਮੋਦੀ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲੈਂਦੀ ਹੈ ਤੇ ਕੀ ਤੁਸੀਂ ਉਹਨਾਂ ਨੂੰ ਵੋਟ ਪਾਓਗੇ ਉਹਨਾਂ ਦਾ ਸਾਰਿਆਂ ਦਾ ਇੱਕੋ ਹੀ ਹੁੰਦਾ ਵੀ ਹਾਂ ਅਸੀਂ ਫਿਰ ਵੋਟ ਪਾਵਾਂਗੇ ਹੁਣ ਰਹਿ ਗਿਆ ਕੀ ਚਿਹਰਾ ਚਿਹਰਾ ਕੌਣ ਹੋਏਗਾ ਚਿਹਰਾ ਕੁਮਰਬਜੇ ਪ੍ਰਤਾਪ ਸਿੰਘ ਨੂੰ ਕਿਉਂ ਨਹੀਂ ਬਣਾਇਆ ਜਾ ਸਕਦਾ ਅੱਗੇ ਲਿਆ ਕੇ ਚਿਹਰਾ ਕੋਈ ਇਸ ਤਰ੍ਹਾਂ ਦਾ ਵੱਡਾ ਕਿਉਂ ਨਹੀਂ ਲੈ ਲਿਆ ਜਾਂਦਾ ਜਾ ਸਕਦਾ ਵੀ ਜਿਹੜਾ ਕਿ ਅੱਗੇ ਲਿਆ ਕੇ ਉਹਨਾਂ ਨੂੰ ਅੱਗੇ ਲਾ ਕੇ ਤੇ ਚੋਣਾਂ ਲੜੀਆਂ ਜਾ ਸਕਣ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਵੋਟ ਇਹਨਾਂ ਕਾਨੂੰਨ ਵਾਪਸ ਲੈ ਲੈਂਦੇ ਨੇ ਜਾਂ ਇੱਕ ਅਧਿਕਾਰ ਦੇ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋਣਗੇ ਜਿਹੜੇ ਜਿਹੜੇ ਸੂਬੇ ਇੱਥੇ ਵਿਰੋਧ ਕਰ ਰਹੇ ਨੇ ਹੂੰ ਹੂੰ ਇਹ ਇਥੇ ਬੈਠੇ ਇਹਨਾਂ ਦਾ ਉਹਨਾਂ ਸੂਬਿਆਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ ਛੱਡਿਆ ਕਿ ਉਹ ਲਾਗੂ ਕਰਨਾ ਚਾਹੁੰਦੇ ਨੇ ਖੇਤੀ ਕਾਨੂੰਨ ਜਾਂ ਨਹੀਂ ਉਹਨਾਂ ਦੀ ਮਰਜ਼ੀ ਹੈ ਤੇ ਉਹ ਨਹੀਂ ਲਾਗੂ ਫਿਰ ਕਿਸਾਨ ਸ਼ਾਂਤ ਜਿਹੜੇ ਰੌਲਾ ਪਾ ਰਹੇ ਨੇ ਜੇ ਕਿਸਾਨ ਸ਼ਾਂਤ ਤਾਂ ਫਿਰ ਜਿਹੜੀ ਵੋਟਾਂ ਪਾਉਣ ਦੀ ਗੱਲ ਅੱਗੇ ਆ ਰਹੀ ਆ ਤਾਂ ਫਿਰ ਉਹਨਾਂ ਵਾਸਤੇ ਚਿਹਰਾ ਕਿਹੜਾ ਹੋਏਗਾ ਤੇ ਫਿਰ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਵੀ ਤਾਂ ਛੇੜਿਆ ਜਾ ਸਕਦਾ ਅਗੇ ਇਹ ਇੱਕ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕੁਛ ਵੀ ਹੋ ਸਕਦਾ ਹੋਂ ਵਾਲਾ ਟਾਈਮ ਤੇ ਕੁਮਰਵਜੇ ਪ੍ਰਤਾਪ ਸਿੰਘ ਇਸ ਵੇਲੇ ਵੱਡਾ ਨਾਮ ਨਿਕਲ ਕੇ ਸਾਹਮਣੇ ਆ ਰਹੇ ਨੇ ਜਿਸ ਤਰ੍ਹਾਂ ਤੁਸੀਂ ਨਵਜੋਧ ਕੌਰ ਸਿੱਧੂ ਹੋਂ ਦਾ ਬਿਆਨ ਸੁਣ ਲਓ ਤਾਂ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਕੁਮਰਵਜੇ ਪ੍ਰਤਾਪ ਸਿੰਘ ਇਜ਼ ਦਾ ਮੋਸਟ ਵਾਂਟਡ ਕੈਂਡੀਡੇਟ ਡਿਊਰਿੰਗ ਥੀਸ ਡੇਸ ਤਾਂ ਜੇਕਰ ਕੁਮਰਵਜੇ ਪ੍ਰਤਾਪ ਸਿੰਘ ਇਸ ਵੇਲੇ ਸਭ ਤੋਂ ਜਿਹੜੇ ਨੇ ਉਹ ਵੱਡੇ ਉਮੀਦਵਾਰ ਦੇ ਤੌਰ ਦੇ ਉੱਤੇ ਜਾਂ ਜੋ ਕਹਿੰਦਾ ਜਿਨ੍ਹਾਂ ਨੂੰ ਲੱਭਿਆ ਜਾ ਰਿਹਾ ਤੇ ਉਹ ਉਹ ਕਿਉਂ ਨਹੀਂ ਹੋ ਸਕਦਾ ਗ੍ਰਹਿ ਮੰਤਰੀ ਤੱਕ ਤਾਂ ਉਹਨਾਂ ਨੂੰ ਕਹਤਾ ਵੀ ਹਮ ਗ੍ਰਹਿ ਮੰਤ్రਾਲਾ ਉਹਨਾਂ ਕੋਲ ਆਏਗਾ ਗ੍ਰਹਿ ਮੰਤ్రਾਲਾ ਮੁੱਖ ਮੰਤਰੀ ਤੋਂ ਬਾਅਦ ਤਾਂ ਗ੍ਰਹਿ ਮੰਤਰੀ ਹੀ ਹੁੰਦਾ ਹ ਹ ਤੇ ਕਿਉਂ ਨਹੀਂ ਗ੍ਰਹਿ ਮੰਤਰੀ ਫਿਰ ਇਹਦਾ ਮਤਲਬ ਉਹਨਾਂ ਨੂੰ ਅੱਗੇ ਚਿਹਰਾ ਕਿਉਂ ਨਹੀਂ ਉਹਨਾਂ ਨੂੰ ਕਿ ਜਦੋਂ ਕਾਂਗਰਸ ਖੁਦ ਮੰਨ ਰਹੀ ਹੈ ਕਿ ਉਹਨਾਂ ਐਨਾ ਵੱਡਾ ਚਿਹਰਾ ਹੈਗੇ ਨੇ ਦੂਜੀਆਂ ਪਾਰਟੀਆਂ ਕਿਉਂ ਨਹੀਂ ਖਿੱਚਣਗੀਆਂ ਉਹਨਾਂ ਨੂੰ ਆਪਣੇ ਵੱਲ ਪਾਸੇ ਹ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਜਿਹੜੀ ਆ ਉਹ ਹੋਰ ਸਖਤ ਹੋ ਸਕਦੀ ਹੈ ਪਰ ਮੈਨੂੰ ਇਹ ਲੱਗਦਾ ਕਿ ਰਾਜਨੀਤੀ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਜਾਂ ਕੇਸਾਂ ਨੂੰ ਛੇੜਨ ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਉੱਤੇ ਪਰਚਾ ਵੀ ਦਾਜ ਹੋ ਸਕਦਾ ਉਹਨਾਂ ਦੇ ਉਹਨਾਂ ਨੂੰ ਉਹ ਜਿਹੜਾ ਉਹ ਉਹਨਾਂ ਦੀ ਵਕਾਲਤ ਦਾ ਲਾਇਸੈਂਸ ਵੀ ਜਿਹੜਾ ਉਹ ਰੱਦ ਕਰਵਾ ਸਕਦੇ ਨੇ ਤੇ ਕੁਝ ਵੀ ਹੋ ਸਕਦਾ ਲੰਮੀ ਲੜਾਈ ਜਿਹੜੀ ਹੈ ਕੁਮਰਵਿਜੇ ਪ੍ਰਤਾਪ ਸਿੰਘ ਨੂੰ ਉਹਨਾਂ ਨੂੰ ਲੜਨੀ ਪੈਣੀ ਹੈ ਪਰ ਫਿਲਹਾਲ ਜਿਹੜਾ ਹੈ ਉਹ ਕੁਮਰਵਿਜੇ ਪ੍ਰਤਾਪ ਸਿੰਘ ਨੂੰ ਸ਼ਾਇਦ ਉਹ ਫਸਾ ਲੈਣ ਭਾਈ ਇਸ ਚੱਕਰ ਦੇ ਵਿੱਚ ਇੱਕ ਸਿਆਸਤ ਹੀ ਰੱਬ ਬਚ ਜਾਂਦੀ ਹੈ ਕੁਵਰਵਿਜੇ ਪ੍ਰਤਾਪ ਕੋਲ ਉਹਨਾਂ ਨੂੰ ਜਵਾਬ ਦੇਣ ਵਾਸਤੇ ਬਿਲਕੁਲ ਅੱਗੇ ਉਹਨਾਂ ਕੋਲ ਸਿਰਫ ਤੇ ਸਿਰਫ ਇੱਕੋ ਹੀ ਜਿਹੜਾ ਉਹ ਰਾਹ ਲੱਭਦਾ ਹੈਗਾ ਕਿ ਉਹ ਸਿਆਸਤ ਦੇ ਵਿੱਚ ਆਉਣ ਲੋਕਾਂ ਦੇ ਥਰੂ ਜਵਾਬ ਦੇਣ ਜੇ ਲੋਕ ਉਹਨਾਂ ਨੂੰ ਜੋ ਕਿਉਂਕਿ ਰੋਕ ਅੱਜ ਜਿਹੜੀ ਹੈ ਜਨਤਾ ਕੁਰਬ ਕੋਮਰ ਵਿਜੇ ਪ੍ਰਤਾਪ ਸਮੂਹਣ ਦੇ ਨਾਲ ਹੈ ਜਿੰਨਾ ਮਰਜ਼ੀ ਤੁਸੀਂ ਕਿਸੇ ਦੇ ਵਿਰੁੱਧ ਦੇ ਵਿੱਚ ਬੋਲੀ ਜਾਣ ਤੁਸੀਂ ਰਾਮ ਰਾਮ ਰਹੀਮ ਦੇ ਜਿਹੜੇ ਭਗਤ ਨੇ ਉਹਨਾਂ ਦੇ ਮਨਾਂ ਦੇ ਵਿੱਚੋਂ ਅੱਜ ਤੱਕ ਕੱਢ ਸਕਿਓ ਉਹਨਾਂ ਦੇ ਜਿਹੜੇ ਪਿਤਾ ਜੀ ਦੇ ਬਾਰੇ ਉਹ ਅੱਜ ਤੱਕ ਜਿਹੜੇ ਵੀ ਬੰਦੇ ਕਿਸੇ ਨਾਲ ਗੱਲ ਕਰੋ ਤਾਂ ਉਹ ਕਹਿਣਗੇ ਜੀ ਸਾਡੇ ਪਿਤਾ ਜੀ ਜਿਹੜੇ ਨੇ ਉਹ ਸੁਨਾਰੀਆ ਜੇਲ ਦੇ ਵਿੱਚ ਉਹਨਾਂ ਦੇ ਅਧਿਕਾਰੀਆਂ ਤੇ ਜੇਲ ਦੇ ਕੈਦੀਆਂ ਦਾ ਜਿਹੜਾ ਉਹ ਉਹਨਾਂ ਦਾ ਉਧਾਰ ਕਰਨਗੇ ਨੇ ਜੀ ਅੰਦਰ ਪਿਤਾ ਜੀ ਪਿਤਾ ਜੀ ਪਿਤਾ ਜੀ ਸ਼ਬਦ ਗਾਉਂਦੇ ਨੇ ਜੀ ਸੁਨਾਰੀਆ ਚੋ ਜਲਦੀ ਆ ਜਾ ਵਾਪਸ ਸੋ ਤੁਸੀਂ ਕੋਰਟ ਉਹਨਾਂ ਨੂੰ ਬਲਾਤਕਾਰੀ ਕਰੀਏ ਕੋਰਟ ਉਹਨਾਂ ਨੂੰ ਇਹ ਕਹੇਰੀ ਹੈ ਕਿ ਇਹਨਾਂ ਨੇ ਵੱਡੇ ਜੁਰਮ ਕੀਤੇ ਨੇ ਪਰ ਮਨਾ ਚ ਨਹੀਂ ਘੱਟ ਸਕੇ ਮਨਾ ਚ ਇਸੇ ਤਰ੍ਹਾਂ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਲੋਕਾਂ ਦੇ ਮਨਾ ਚ ਵਸ ਗਏ ਨੇ ਕਿ ਉਹ ਇੱਕ ਵਧੀਆ ਇਮਾਨਦਾਰ ਤੇ ਅਧਿਕਾਰੀ ਨੇ ਇੱਕ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਆਪਣੀ ਆਈਪੀਐਸ ਦੀ ਨੌਕਰੀ ਵੀ ਛੱਡਤੀ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਕਿਹੜਾ ਬੰਦਾ ਜੀ ਅੱਜ ਤੱਕ ਜਿਨੇ ਇਤਿਹਾਸ ਚੱਕ ਕੇ ਦੇਖ ਲੋ ਕਿਹੜਾ ਬੰਦੇ ਨੇ ਅੱਜ ਤੱਕ ਆਪਣੀ ਨੌਕਰੀ ਛੱਡਦੀ ਹੋਵੇ ਜਿਹੜੀ ਇੱਕ ਹਾਈ ਕੋਰਟ ਦਾ ਜਾਂ ਕਿਸੇ ਅਦਾਲਤ ਦਾ ਫੈਸਲਾ ਆਇਆ ਹੋਵੇ ਤੁਹਾਡੀ ਜਾਂਚ ਰਿਪੋਰਟ ਰੱਦ ਕਰ ਦਿੱਤੀ ਗਈ ਹੈ ਕਿਸ ਅਧਿਕਾਰੀ ਨੇ ਅੱਜ ਤੱਕ ਆਪਣੀ ਨੌਕਰੀ ਛੱਡ ਦਿੱਤੀ ਹੋਵੇ ਉਹਨੂੰ ਇਨਸਾਫ ਦਿਵਾਉਣ ਲਈ ਇਤਿਹਾਸ ਦੇ ਵਿੱਚ ਜੇਕਰ ਐਡੀ ਵੱਡੀ ਉਦਾਹਰਨ ਉਹ ਅੱਜ ਪੇਸ਼ ਕਰਨ ਦੀ ਅੱਗੇ ਆਏ ਨੇ ਤਾਂ ਲੋਕਾਂ ਦੇ ਮਨਾਂ 'ਚ ਨਹੀਂ ਵਸਣਗੇ ਬਹੁਤ ਵਸਣਗੇ ਇਸੇ ਕਰਕੇ ਸ਼ਾਇਦ ਇੱਕ ਵੱਡਾ ਡਰ ਪੈਦਾ ਹੋ ਗਿਆ ਕਿ ਇਹ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ 'ਚ ਨੁਕਸਾਨ ਪਹੁੰਚਾ ਸਕਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਕੋਲ ਉਹਨਾਂ ਨੇ ਇੱਕ ਗੱਲ ਕਹੀ ਸੀ ਹਰਵਿੰਦਰ ਸਿੰਘ ਪੂਲਕਾ ਉਹਨਾਂ ਨੂੰ ਵੀ ਤੁਸੀਂ ਚੁੱਪ ਕਰ ਜਾਓ ਨੀ ਤਾਂ ਮੇਰੇ ਕੋਲ ਤੁਹਾਡੇ ਖਿਲਾਫ ਬਹੁਤ ਕੁਝ ਹੈ ਹੂੰ ਉਸ ਤੋਂ ਬਾਅਦ ਉਹ ਉਸ ਤੋਂ ਬਾਅਦ ਕੁਮਰ ਹਰਵਿੰਦਰ ਸਿੰਘ ਫੂਲਕਾ ਹੋਣਾ ਨੇ ਉਹਨਾਂ ਦੇ ਹੱਕ ਚ ਦਾ ਬਿਆਨ ਦਿੱਤਾ ਹੂੰ ਕਿ ਅਸੀਂ ਲੜਨਾ ਨਹੀਂ ਹੈਗਾ ਹੂੰ ਪਰ ਉਸ ਤੋਂ ਬਾਅਦ ਬੋਲੇ ਨਹੀਂ ਹੈਗੇ ਉਹਨਾਂ ਦੇ ਖਿਲਾਫ ਤੇ ਕੀ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਜਿਹੜੇ ਏਡਾ ਬੜਾ ਜਾਂਚ ਅਧਿਕਾਰੀ ਹੋਵੇ ਉਹਨਾਂ ਕੋਲ ਇਹਨਾਂ ਦੇ ਬਾਰੇ ਕੁਝ ਨਹੀਂ ਹੋਏਗਾ ਹੂੰ ਇਹਨਾਂ ਸਾਰਿਆਂ ਦੇ ਬਾਰੇ ਕੁਝ ਨਹੀਂ ਹੋਏਗਾ ਤੇ ਜਿਹੜੇ ਇਹਨਾਂ ਸਾਰਿਆਂ ਦੇ ਬਾਰੇ ਕੁਝ ਹੋਏਗਾ ਨਾ ਤੇ ਹਲੇ ਪੱਤੇ ਉਹਨਾਂ ਦੇ ਹੱਥ 'ਚ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਹਲੇ ਅ ਅੱਗੇ ਦੇਖੋ ਅੱਗੇ ਕੀ ਹੁੰਦਾ ਬਿਲਕੁਲ ਕੁਲਵੰਜੀ ਮੈਂ ਗੱਲ ਕਰਨਾ ਚਾਹਾਂਗਾ ਕਿ ਪਿਛਲੇ ਦਿਨੀ 2 ਦਿਨ ਹੋ ਚੁੱਕੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਦੇ ਵਿੱਚ ਆਪਣੇ ਵਿਧਾਇਕਾਂ ਦੇ ਨਾਲ ਗੱਲਬਾਤ ਕਰਦੇ ਆ ਕੈਬਨਟ ਦੇ ਨਾਲ ਵੀ ਉਹਨਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਤੁਸੀਂ ਵੀ ਸੁਣਿਆ ਕਿ ਚਰਚਾਵਾਂ ਹੋਈਆਂ ਕਿ ਉੱਥੇ ਜਿਹੜੇ ਅਸਤੀਫੇ ਜਿਹੜੇ ਆ ਉਹ ਦਿੱਤੇ ਗਏ ਹੈਗੇ ਆ ਉਹ ਅਸਤੀਫੇ ਦੀ ਸੱਚਾਈ ਕੀ ਹੈ ਕਿ ਦਿੱਤੇ ਵੀ ਗਏ ਸੀ ਜਾਂ ਸਿਰਫ ਇੱਕ ਜਿਹੜਾ ਸੀ ਲੋਕਾਂ ਨੂੰ ਹੀ ਜੜਾ ਪਰਮਾਉਣਾ ਸੀ ਦੇਖੋ ਇਸ ਤਰ੍ਹਾਂ ਕਿ ਇੱਕ ਪਿੱਛੇ ਜਿਹੇ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਅੱਜ ਕੱਲ ਟੇਬਲ ਸਟੋਰੀ ਦਾ ਬੜਾ ਰਿਵਾਜ ਚੱਲ ਪਿਆ ਜੀ ਟੇਬਲ ਸਟੋਰੀਆਂ ਜਿਹੜੀਆਂ ਹੁੰਦੀਆਂ ਨੇ ਉਹ ਕਿਤਨਾ ਕਿਤੇ ਫੀਡ ਵੀ ਕੀਤੀਆਂ ਜਾਂਦੀਆਂ ਨੇ ਟੇਬਲ ਸਟੋਰੀਆਂ ਹੁੰਦੀਆਂ ਨੇ ਜਿਹੜੀਆਂ ਉਹ ਕਿਤਨਾ ਕਿਤੇ ਉਹ ਪੱਤਰਕਾਰ ਨੂੰ ਆਪਣਾ ਕਦ ਉੱਚਾ ਕਰਨ ਲਈ ਵੀ ਜਿਹੜਾ ਬੜਾ ਕੁਝ ਜਿਹੜਾ ਉਹ ਕਰ ਦਿੰਦੇ ਨੇ ਰਾਜਨੀਤੀ ਤੇ ਇਹਦੇ ਵਿੱਚੋਂ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਅੱਜ ਤੱਕ ਕਿਸੇ ਵੀ ਐਮਐਲਏ ਕਿਸੇ ਵੀ ਮੰਤਰੀ ਕਿਸੇ ਵੀ ਜਿਹੜੇ ਮੁੱਖ ਮੰਤਰੀ ਜਾਂ ਫਿਰ ਕਾਂਗਰਸ ਪ੍ਰਧਾਨ ਦਾ ਬਿਆਨ ਆਇਆ ਕੋਈ ਵੀ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨੇ ਜੇਕਰ ਅਸਤੀਫਾ ਦਿੱਤਾ ਤਾਂ ਉਹ ਕਿਹੜੀ ਕਿਹੜੀ ਹੋਂਦ ਦਿੱਤਾ ਹੈ ਉਹ ਕੀ ਜਿਹੜਾ ਉਹਨਾਂ ਨੇ ਰੰਧਾਵਾ ਉਹਨਾਂ ਨੇ ਕਿਹੜੇ ਉਹ ਮੰਤਰੀ ਤੋਂ ਦਿੱਤਾ ਐਮਐਲਏ ਸ਼ਿਪ ਤੋਂ ਦਿੱਤਾ ਜਾਂ ਫਿਰ ਕਿਸੇ ਕਮੇਟੀ ਦੇ ਉਹਨਾਂ ਨੇ ਉਹਦੇ ਵਿੱਚ ਮੈਂਬਰ ਬਣੇ ਹੋਏ ਸੀ ਉਹਦੇ ਚੋਂ ਦਿੱਤਾ ਕਿਸ ਚੀਜ਼ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਜਿਹੜਾ ਉਹਨਾਂ ਨੇ ਦਿੱਤਾ ਆਪਣਾ ਜਾਖੜ ਨੇ ਕਿਸ ਕਿਸ ਚੀਜ਼ ਤੋਂ ਅਸਤੀਫਾ ਦਿੱਤਾ ਕੀ ਉਹ ਕਾਂਗਰਸੀ ਨਹੀਂ ਹੈ ਕਿ ਕੀ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਕਿਸ ਚੀਜ਼ ਤੋਂ ਅਸਤੀਫਾ ਦਿੱਤਾ ਜੇ ਜਾਖੜ ਨੇ ਅਸਤੀਫਾ ਦਿੱਤਾ ਤਾਂ ਕੀ ਇਹ ਜਾਖੜ ਹੋਣੀ ਮੁੱਖ ਮੰਤਰੀ ਜਦੀਨ ਕੰਮ ਕਰ ਰਹੀ ਸੀ ਜਿਹੜਾ ਉਹਨਾਂ ਨੇ ਮੁੱਖ ਮੰਤਰੀ ਨੂੰ ਅਸਤੀਫਾ ਦਿੱਤਾ ਮੁੱਖ ਮੰਤਰੀ ਤੇ ਦਿੱਤਾ ਹੋਇਆ ਹੀ ਨਹੀਂ ਸੀ ਕਿ ਉਹਨਾ ਉਹ ਤਾਂ ਅਧੀਨ ਸੀ ਕਿ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਧੀਨ ਤੇ ਮੁੱਖ ਮੰਤਰੀ ਨੂੰ ਅਸਤੀਫਾ ਦੇਣ ਦਾ ਮਤਲਬ ਇਹ ਕਿਤਨਾ ਕਿਤੇ ਟੇਬਲ ਸਟੋਰੀ ਜਿਹੜੀ ਇਹ ਜਾਪ ਰਹੀ ਹੈ ਜਾਂ ਫਿਰ ਫੀਡ ਕੀਤਾ ਗਿਆ ਜੋ ਕੁਝ ਵੀ ਹੋਇਆ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜਾ ਕਰਦਾ ਜਦੋਂ ਤੱਕ ਇਸ ਬਾਰੇ ਆਪ ਨਹੀਂ ਉਹ ਬਿਆਨ ਦੇ ਕੇ ਸਪਸ਼ਟ ਕਰਦੇ ਵੀ ਅਸਤੀਫਾ ਦਿੱਤਾ ਸੀ ਨਹੀਂ ਦਿੱਤਾ ਸੀ ਪਾੜਿਆ ਸੀ ਕੋ ਰੱਖ ਲਿਆ ਸੀ ਜੇਬ ਚ ਪਾ ਲਿਆ ਸੀ ਜਾਂ ਫਿਰ ਕੋਈ ਖੋ ਕੇ ਲਿਆ ਗਿਆ ਇਹ ਉਹਨਾਂ ਦੇ ਉੱਤੇ ਆ ਪਰ ਹਾਲੇ ਤੱਕ ਜਿਹੜਾ ਇਹ ਅਧਿਕਾਰਤ ਬਿਆਨ ਕੋਈ ਨਹੀਂ ਆਇਆ ਸਿਰਫ ਅਖਬਾਰ ਜਣੇ ਨੇ ਉਹ ਚਟਕਾਰੇ ਲੈ ਕੇ ਲੋਕ ਪੜ੍ਹ ਜਰੂਰ ਰਹੇ ਨੇ ਇਹਦੇ ਤੇ ਚਰਚਾਵਾਂ ਵੀ ਹੋ ਗਈਆਂ ਨੇ ਸਾਰੇ ਪਾਸੇ ਟੈਲੀਵਿਜ਼ਨਾਂ ਦੇ ਉੱਤੇ ਵੀ ਛਾ ਗਈਆਂ ਨੇ ਗੱਲਾਂ ਤੇ ਇਹ ਇੱਕ ਇਹ ਲੱਗ ਰਿਹਾ ਕੀ ਅਸਲ ਮੁੱਦਿਆਂ ਨੂੰ ਜਿਹੜਾ ਉਹ ਪਟਕਾਇਆ ਜਾਵੇ ਤੇ ਇਹ ਕਿਹਾ ਜਾਵੇ ਵੀ ਅਸੀਂ ਵੀ ਹੈਗੇ ਆ ਇਸ ਮੁੱਦੇ ਨੂੰ ਚੱਕਣ ਵਾਲੇ ਵੀ ਕੱਲੇ ਨਵਜੋਤ ਸਿੰਘ ਸਿੱਧੂ ਉਡੀ ਨਹੀਂ ਚੱਕ ਰਹੇ ਅਸੀਂ ਵੀ ਚੱਕ ਰਹੇ ਹਾਂ ਤੁਸੀਂ ਅੱਜ ਦੇਖੋ ਵੀ ਅੱਜ ਦੀਆਂ ਖ਼ਬਰਾਂ ਦੇ ਵਿੱਚ ਵੀ ਇਹ ਬਿਆਨ ਆਇਆ ਵੀ ਸਿਸਵਾ ਫਾਰਮ ਦੇ ਵਿੱਚ ਜਿਹੜੇ ਐਮਐਲਏ ਇਕੱਠੇ ਹੋਏ ਨੇ ਜੀ ਮਾਲਵੇ ਦੇ ਉਹ ਸਾਰੇ ਦੇ ਸਾਰੇ ਐਮਐਲਏ ਨੇ ਜੀ ਉਹ ਕੈਪਟਨ ਮਨਿੰਦਰ ਸਿੰਘ ਨੂੰ ਕਿਹਾ ਵੀ ਬੇਦਬੀ ਦੇ ਮਾਮਲੇ ਦੇ ਵਿੱਚ ਜਿਹੜੀ ਆ ਉਹ ਮਸਲੇ ਹੱਲ ਕੀਤੇ ਜਾਣ ਸਾਨੂੰ ਲੋਕੀ ਪਿੰਡਾਂ 'ਚ ਨਹੀਂ ਮੜਨ ਦੇਣਗੇ ਉਹ ਪਹਿਲਾਂ ਪਿੰਡਾਂ 'ਚ ਨਹੀਂ ਵੜ ਰਹੀ ਸੀ ਕਿ 4 ਸਾਲ ਪਹਿਲਾਂ ਉਹਨਾਂ ਨੇ ਪਿੰਡਾਂ 'ਚ ਹੀ ਵੜੇ ਹੋ 4 ਸਾਲ ਤੱਕ ਉਹ ਚੁੱਪ ਰਹੇ ਕਿ ਉਦੋਂ ਜਦੋਂ ਉਹ ਸਿੱਟ ਦੀ ਜਾਂਚ ਰੱਦ ਹੋਈ ਆ ਉਹਨਾਂ ਚੋਂ ਕਿਸੇ ਇੱਕ ਦਾ ਵੀ ਆਇਆ ਬਿਆਨ ਜੀ ਕਿ ਸਾਰਾ ਦਾ ਸਾਰਾ ਦਰਦ ਜਿਹੜਾ ਸੀਗਾ ਜਿਹੜਾ ਉਹ ਕੁਮਰਬ ਚੇ ਪ੍ਰਤਾਪ ਸਿੰਘ ਉਹਨਾਂ ਨੂੰ ਹੋ ਗਿਆ ਸਾਰਾ ਦਾ ਦਰਦ ਸਾਰਾ ਦਾ ਦਰਦ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਹੋ ਗਿਆ ਬਾਜਵਾ ਨੂੰ ਹੋ ਗਿਆ ਦੂਲਨ ਨੂੰ ਹੋ ਗਿਆ ਬਾਕੀ ਸਾਰਿਆਂ ਨੂੰ ਕਿਸੇ ਨੂੰ ਦਰਦ ਨਹੀਂ ਹੋਇਆ ਜੰਮਣ ਤੋਂ ਲੈ ਕੇ ਮਰਨ ਤੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜ਼ਰੂਰਤ ਪੈਂਦੀ ਹੈ ਜੀ ਜੇ ਅਸੀਂ ਪੈਦਾ ਹੁੰਨੇ ਆ ਉਦੋਂ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਉਹ ਬਾਣੀ ਦੀ ਲੋੜ ਪੈਂਦੀ ਹੈ ਜਦੋਂ ਅਸੀਂ ਮਰਦੇ ਆ ਉੱਥੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੂਪ ਵਿੱਚ ਜਦੋਂ ਇੰਨੇ ਜ਼ਰੂਰੀ ਹੋਣੇ ਗੁਰੂ ਸਾਹਿਬ ਸਾਡੇ ਲਈ ਉਹਦੇ باوجود ਵੀ ਜਦੋਂ ਉਹਨਾਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਉਹਦੇ ਤੇ ਰਾਜਨੀਤੀ ਕਰਨ ਲੱਗ ਜਾਂਦੇ ਹਾਂ ਸਾਨੂੰ ਸ਼ਰਮ ਆਣੀ ਚਾਹੀਦੀ ਐਸੇ ਮਾਮਲੇ ਦੇ ਉੱਤੇ ਲਾ ਕੇ ਤੇ ਜਿਹੜੇ ਬੰਦੇ ਇਸ ਦੇ ਉੱਤੇ ਰਾਜਨੀਤੀ ਕਰ ਰਹੇ ਨੇ ਉਹ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਉਹਨਾਂ ਦਾ ਕੀ ਹਾਲ ਹੁੰਦਾ ਆ ਬਿਲਕੁਲ ਇਸੇ ਨਾਲ ਹੀ ਆਪਾਂ ਇੱਕ ਕੋਵਿਡ ਦੀ ਵੀ ਗੱਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਪੂਰੇ ਭਾਰਤਵਰਸ਼ ਦੇ ਵਿੱਚ ਕੋਵਿਡ ਦੇ ਪ੍ਰਸਾਰ ਵਧਿਆ ਤੇ ਪਿਛਲੇ 7-8 ਦਿਨ ਹੋ ਚੁੱਕੇ ਲਗਾਤਾਰ 3 ਲੱਖ ਤੋਂ ਉੱਪਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਉੱਥੇ ਹੀ ਉਹਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇੱਥੇ ਤੱਕ ਕਹਿ ਦਿੱਤਾ ਕਿ ਕੋਵਿਡ ਦੇ ਪ੍ਰਸਾਰ ਦੇ ਵਿੱਚ ਪੀਐਮ ਮੋਦੀ ਦਾ ਬੜਾ ਵੱਡਾ ਹੱਥ ਹੈ ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਫਲਾਣ ਦੇ ਵਿੱਚ ਉਹਨਾਂ ਦਾ ਮੁੱਖ ਰੋਲ ਰਿਹਾ ਇਸ ਨੂੰ ਵੀ ਲੈ ਕੇ ਰਾਜਨੀਤੀ ਜਿਹੜੀ ਹੈ ਉਹ ਕਿਸ ਤਰ੍ਹਾਂ ਕਿਤੇ ਹੋਣੀ ਸ਼ੁਰੂ ਹੋ ਸਪਰੈਡਿੰਗ ਮਤਲਬ ਪੀਐਮ ਮੋਦੀ ਸਪਰੈਡਿੰਗ ਜਿਹੜਾ ਹੈਗਾ ਉਹ ਟ੍ਰੀਟ ਜਿਹੜਾ ਉਹ ਕਾਫੀ ਚੱਲ ਰਿਹਾ ਹੈਗਾ ਉਸ ਨੂੰ ਲੈ ਕੇ ਕੀ ਕਹੋਗੇ ਕਿਉਂਕਿ ਵੇਖਣ ਚਾਇਆ ਕਿ پابੰਦੀਆਂ ਜਿਹੜੀਆਂ ਸਨ ਉਹ ਆਮ ਜਨਤਾ ਤੇ ਲੱਗੀਆਂ ਸਨ ਪਰ ਰਾਜਨੀਤਾ ਤੇ پابੰਦੀਆਂ ਕੋਈ ਨਹੀਂ ਸਨ ਬੰਗਾਲ ਦੇ ਵਿੱਚ ਜਦੋਂ ਰੈਲੀਆਂ ਹੋ ਰਹੀਆਂ ਸਨ ਉਦੋਂ ਕੋਈ ਉੱਥੇ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਉਂਦੀ ਸੀ ਰੈਲੀਆਂ ਜਿਵੇਂ ਹੀ ਬੰਦ ਹੋਈਆਂ ਉਦੋਂ ਬੰਗਾਲ ਤੋਂ ਵੀ ਕੇਸਿਸ ਜਿਹੜੇ ਆਣੇ ਇੱਕਦਮ ਬਹੁਤ ਜ਼ਿਆਦਾ ਸ਼ੁਰੂ ਹੋ ਗਏ ਸਨ ਬਿਲਕੁਲ ਇਹ ਕੋਵਿਡ ਨੂੰ ਇੱਕ ਹਥਿਆਰ ਦੇ ਵਾਂਗੂ ਵਰਤਿਆ ਜਾ ਰਿਹਾ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਜੀ ਕੋਵਿਡ ਜਿਹ ਤੁਸੀਂ ਇੱਕ ਗੱਲ ਦੇਖੋ ਕਿ ਕੀ ਕੋਵਿਡ ਕੋਈ ਬੰਦਾ ਹੈ ਜਿਹੜਾ ਆਪਾਂ ਡਰਾ ਲੈਂਦੇ ਆ ਰਾਤ ਨੂੰ ਨਿਕਲਣਾ ਬਾਈ ਰਾ ਤੂੰ ਰਾਤ ਨੂੰ ਨਿਕਲ ਦਿਨ ਚ ਨਹੀਂ ਨਿਕਲਣਾ ਕੋਵਿਡ ਕੋਈ ਬੰਦਾ ਹੈ ਜਿਹੜਾ ਨੂੰ ਸਮਝਾਇਆ ਵੀ ਇੱਕ ਦੁਕਾਨ ਛੱਡ ਕੇ ਜਾਈ ਬਾਈ ਕੋਵਿਡ ਕੋਈ ਬੰਦਾ ਹੈ ਜਿਸ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਰੈਲੀ ਹੋ ਰਹੀ ਹੈ ਉੱਥੇ ਨਹੀਂ ਜਾਣਾ ਹੈਗਾ ਕੋਵਿਡ ਕੋਈ ਬੰਦਾ ਹੈ ਜਿਹੜਾ ਜਿੱਥੇ ਇਹ ਕਿਹਾ ਜਾਵੇ ਕਿ ਜਿੱਥੇ ਕਿਸਾਨ ਅੰਦੋਲਨ ਹੋ ਰਿਹਾ ਹੈ ਉੱਥੇ ਨਹੀਂ ਜਾਣਾ ਹੈਗਾ ਤੁਸੀਂ ਕੋਵਿਡ ਦੇ ਜਿਹਦੇ ਪਾਬੰਦੀਆਂ ਲਾਤੀਆਂ ਜੇਕਰ ਰਾਤ ਨੂੰ ਨਿਕਲੋ ਪਹਿਲਾਂ ਤੁਸੀਂ ਯਾਦ ਆ ਤੁਹਾਨੂੰ ਕਿਸ ਤਰ੍ਹਾਂ ਕੁੱਟ-ਕੁੱਟ ਤੁਹਾਡਾ ਤੁਹਾਡਾ ਜਨਤਾ ਦਾ ਆਮ ਜਨਤਾ ਦਾ ਪੁਲਿਸ ਨੇ ਕੁੱਟ-ਕੁੱਟ ਜਿਹੜਾ ਉਹ ਕਿਵੇਂ ਲੱਲੇ ਪਾਤੇ ਸੀ ਤੇ ਤੁਹਾਨੂੰ ਜਿਹੜਾ ਬੇਇੱਜ਼ਤ ਕੀਤਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀ ਕੁੱਟ ਨੂੰ ਤੁਹਾਡੀ ਸਜ਼ਾ ਦੇ ਕੇ ਤੁਹਾਨੂੰ ਮੁਰਗੇ ਬਣਾਵਣਾ ਕਿ ਡੰਡੌਤ ਕਰਦੇ ਆ ਤੁਹਾਡੀਆਂ ਵੀਡੀਓ ਜਿਹੜੀਆਂ ਸੀ ਸੋਸ਼ਲ ਮੀਡੀਆ ਦੇ ਪਾਈਆਂ ਸੀਗੀਆਂ ਉਹ ਉਹ ਉਦੋਂ ਕੋਵਿਡ ਦੇ ਕਿੰਨੇ ਕੇਸ ਸੀਗੇ 360 ਪੰਜਾਬ ਦੇ ਵਿੱਚ ਹੂੰ ਉਦੋਂ ਹਾਲਾਤ ਸਿਰੇ ਕਿ 360 ਅੱਜ ਹਜ਼ਾਰਾਂ ਕੇਸ ਰੋਜ਼ ਆ ਰਹੇ ਨੇ ਹੂੰ ਉਦੋਂ 360 ਕੇਸ ਪੰਜਾਬ ਦੇ ਵਿੱਚ ਕੁੱਲ ਸੀਗੇ ਜੀ ਅੱਜ ਜਿਹੜੇ ਹਜ਼ਾਰਾਂ ਕੇਸ ਰੋਜ਼ ਆ ਰਹੇ ਨੇ ਬਿਲਕੁਲ ਇਦੇ باوجود ਵੀ ਤੁਸੀਂ ਇਹ ਦੇਖੋ ਵੀ ਸਾਰਾ ਕੁਝ ਖੁੱਲਾ ਪਿਆ ਤੇ ਜਿੱਥੇ ਰੈਲੀਆਂ ਹੋ ਰਹੀਆਂ ਨੇ ਉੱਥੇ ਕੋਈ ਪਾਬੰਦੀ ਨਹੀਂ ਹੈਗੀ ਜਿੱਥੇ ਕਿਸਾਨ ਅੰਦੋਲਨ ਹੋ ਰਿਹਾ ਉੱਥੇ ਕੋਈ ਪਾਬੰਦੀ ਨਹੀਂ ਹੈਗੀ ਜਿੱਥੇ ਇਹਨਾਂ ਨੇ ਮੇਅਰ ਦੀ ਜਿਹੜੀ ਆਪਣੀ ਤਾਜਪੋਸ਼ੀ ਕਰਨੀ ਸੀ ਬਠਿੰਡਾ ਦੇ ਵਿੱਚ ਉੱਥੇ ਤੁਸੀਂ ਦੇਖੋ ਮਨਪ੍ਰੀਤ ਬਾਦਲ ਹੁਣੀ ਜਿਹੜੇ ਨੇ ਉਹ ਸਾਰੀ ਸਾਰੀ ਮੀਟਿੰਗ ਨੂੰ ਸਬੋਧਨ ਕਰਦੇ ਨੇ ਉੱਥੇ ਕੋਈ ਕੋਵਿਡ ਨਹੀਂ ਆਂਦਾ ਤੇ ਜੇਕਰ ਰੌਲਾ ਪੈਂਦਾ ਤੇ ਉਸ ਤੋਂ ਬਾਅਦ ਜਿਹੜੇ ਨੇ ਉਹ ਉੱਥੇ ਜਿਹੜੇ ਨੇਤਾਜੀ ਵੀ ਜਿਹੜੇ ਨੇ ਉਹ ਅਣਪਛਾਤੇ ਹੋ ਜਾਂਦੇ ਨੇ ਜਿਹੜੇ ਪਰਚੇ ਦਰਜ ਹੁੰਦੇ ਨੇ ਉਥੋਂ ਉਥੇ ਇਹ ਕਿਹਾ ਜਾਂਦਾ ਵੀ ਆਗੂ ਜਿਹੜੇ ਸੀ ਉਹ ਅਣਪਛਾਤੇ ਹੁਣ ਤੱਕ ਤਾਂ ਮੈਂ ਪੁਲਿਸ ਸੁਣਦਾ ਆਇਆ ਸੀਗਾ ਵੀ ਅਣਪਛਾਤੀ ਐ ਹੁਣ ਇਥੇ ਆਗੂ ਵੀ ਅਣਪਛਾਤੇ ਹੋਗੇ ਸਪਸ਼ਟ ਫੋਟੋਆਂ ਸਾਹਮਣੇ ਆ ਸਾਹਮਣੇ ਆਈਆਂ ਵੀ ਕੌਣ ਕੌਣ ਉਹਦੇ ਵਿੱਚ ਹਾਜ਼ਰ ਸੀ ਪਰ ਮਲਾਈਦਾਰ ਜਿਹੜੇ ਮਹਿਕਮੇ ਨੇ ਉਹ ਕਿਵੇਂ ਮਿਲਣਗੇ ਜਦ ਤੱਕ ਆਪਾਂ ਚਮਚੀ ਨਹੀਂ ਮਾਰਾਂਗੇ ਚਮਚੀ ਮਾਰਨੀ ਜਿਹੜੀ ਆ ਉਹ ਇੱਕ ਸਾਹਮਣੇ ਆ ਰਿਹਾ ਸਾਰਾ ਕੁਝ ਵੀ ਇਹ ਇੱਕ ਕਿਸ ਤਰੀਕੇ ਦੇ ਨਾਲ ਜਿਹੜਾ ਕੋਵਿਡ ਨੂੰ ਇੱਕ ਹਥਿਆਰ ਬਣਾ ਕੇ ਵਰਤਾ ਜਾ ਰਿਹਾ ਕੋਵਿਡ ਹਥਿਆਰ ਕਿਵੇਂ ਬਣ ਰਿਹਾ ਜਿਸ ਤਰ੍ਹਾਂ ਦੀ ਚਰਚਾਵਾਂ ਛੜੀਆਂ ਹੋਈ ਮੋਦੀ ਸਰਕਾਰ ਕਿਰੀ ਹੋਈ ਹੈ ਇਸ ਵੇਲੇ ਕਿਸਾਨ ਅੰਦੋਲਨ ਕਰਕੇ ਜੀ ਉਹ ਦੂਜੇ ਪਾਸੇ ਉਹ ਉਹਨਾਂ ਵੱਲੋਂ ਜਿਹੜੇ ਵਾਅਦੇ ਪ੍ਰਗਟ ਕੀਤੇ ਗਏ ਸੀ ਉਹਨੂੰ ਲੈ ਕੇ ਉਹ ਵੀ ਬਾਰੇ ਵਾਅਦੇ ਪੂਰੇ ਨਹੀਂ ਕੀਤੇ ਗਏ ਦੂਜੇ ਪਾਸੇ ਪੰਜਾਬ ਸਰਕਾਰ ਵੀ ਵਾਅਦੇ ਪੂਰੇ ਕਰਨ ਨੂੰ ਜਿਹੜਾ ਉਹ ਕਿਰੀ ਹੋਈ ਹੈ ਵਾਅਦੇ ਪੂਰੇ ਨਹੀਂ ਹੋ ਰਹੇ ਬੇਦਬੀ ਕਾਂਡ ਗੋਲੀ ਕਾਂਡ ਦੀਆਂ ਘਟਰਾਵਾਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਤੇਜ਼ ਹੋ ਰਹੀ ਹੈ ਹੂੰ ਹੂੰ ਤੇ ਉਸ ਨੂੰ ਲੈ ਕੇ ਜਿਹੜਾ ਕੋਵਿਡ ਜਿਹੜਾ ਇੱਕ ਵੱਡਾ ਹੱਵਾ ਬਣ ਕੇ ਸਾਹਮਣੇ ਆ ਰਿਹਾ ਲੋੜ ਕੀ ਹੈ ਇਸ ਵੇਲੇ ਲੋੜ ਹੈਗੀ ਹੈ ਇਸ ਵੇਲੇ ਆਕਸੀਜਨ ਦੀ ਲੋੜ ਹੈਗੀ ਐ ਇਸ ਵੇਲੇ ਦਵਾਈਆਂ ਦੀ ਲੋੜ ਹੈਗੀ ਹੈਗੀ ਐ ਇਸ ਵੇਲੇ ਲੋਕਾਂ ਦੀਆਂ ਜਾਨਾਂ ਪਛਾਣਨ ਦੀ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀ ਪਰ ਆਪਾਂ ਕੀ ਕਰ ਰਹੇ ਆ ਆਪਾਂ 스마트ਫੋਨ ਵੰਡਣ ਦੀ ਗੱਲ ਕਰ ਰਹੇ ਆ ਵੀ ਅਸੀਂ ਐਨੇ ਲੱਖ 스마트ਫੋਨ ਹੋਰ ਵੰਡਣ ਜਾ ਰਹੇ ਹਾਂ ਜੀ ਕੀ ਇਸ ਵੇਲੇ ਆਪਾਂ ਨੂੰ ਸਮਾਰਟਫੋਨ ਦੀ ਲੋੜ ਹੈ ਕਿ ਇਸ ਵੇਲੇ ਆਕਸੀਜਨ ਦੀ ਲੋੜ ਹੈ ਜੀ ਅਮਰਤਸਰ ਦੇ ਵਿੱਚ ਵਿੱਚ ਪਿੱਛੇ ਜੇ ਇੱਕ ਖਬਰ ਆਈਆਂ ਨੇ ਕਿ ਕਿੰਨੇ ਬੰਦੇ ਜਿਹੜੇ ਆਕਸੀਜਨ ਦੀ ਘਾਟ ਕਰਕੇ 6 ਬੰਦੇ ਆਕਸੀਜਨ ਦੀ ਘਾਟ ਕਰਕੇ ਮਰ ਗਏ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਦੇ ਵਿੱਚ 31 ਬੰਦਿਆਂ ਦੀ ਮੌਤ ਹੋ ਜਾਂਦੀਆਂ ਉਹਨਾਂ ਚੋਂ ਕਿੰਨੇ ਆਕਸੀਜਨ ਦੀ ਘਾਟ ਕਰਕੇ ਮਰੇ ਇਹ ਵਾਲੇ ਸਵਾਲਾਂ ਦੀ ਘੇਰੇ ਚ ਕੀ ਇਹ ਚੀਜ਼ਾਂ ਲੋਕਾਂ ਦੀ ਜਾਨ ਬਚਾਉਣ ਦੀ ਲੋੜ ਨਹੀਂ ਹੈਗੀ ਕਿ ਸਾਨੂੰ ਏਮਜ਼ ਵਰਗੇ ਹਸਪਤਾਲ ਬਣਾਉਣ ਦੀ ਲੋੜ ਨਹੀਂ ਹੈਗੀ ਕਿ ਸਾਨੂੰ ਜਿਹੜੀ ਬੁਨਿਆਦੀ ਸਹੂਲਤਾਂ ਕਿ ਸਾਨੂੰ ਸਿੱਖਿਆ ਜਿਹੜੀ ਆ ਉਹਦਾ ਪੱਧਰ ਉੱਚਾ ਚੱਕਣ ਦੀ ਲੋੜ ਨਹੀਂ ਹੈ ਕਿ ਸਾਨੂੰ ਸਿਹਤ ਸੁਵਿਧਾਵਾਂ ਨੂੰ ਉੱਚਾ ਚੱਕਣ ਦੀ ਲੋੜ ਨਹੀਂ ਹੈਗੀ ਸਾਨੂੰ ਫੋਨ ਲੈ ਕੇ ਕੀ ਕਰਾਂਗੇ ਆਪਾਂ 1 ਸਾਲ ਫੋਨ ਵਰਤਦੇ ਆ ਉਸ ਤੋਂ ਬਾਅਦ ਉਹ ਫੋਨ ਖਤਮ ਹੋ ਜਾਂਦਾ ਕਿ ਜਦੋਂ ਇਹ ਏਮਜ਼ ਵਰਗੇ ਹਸਪਤਾਲ ਬਣਗੇ 1500 ਕਰੋੜ ਰੁਪਏ ਦੇ ਲੱਗਦਾ ਇੱਕ ਏਮਜ਼ ਹਸਪਤਾਲ ਬਣਾਉਣ ਦੇ ਵਿੱਚ ਮੋਦੀ ਨੇ 3 ਲੱਖ ਕਰੋੜ ਰੁਪਏ ਦਾ ਜਿਹੜਾ ਉਹ ਉਹਦੇ ਚ ਬੁਲੇਟ ਟ੍ਰੇਨ ਦਾ ਜਿਹੜਾ ਸਮਝੌਤਾ ਕੀਤਾ ਉਸ 3 ਲੱਖ ਕਰੋੜ ਰੁਪਏ ਦੇ ਵਿੱਚ ਹਿੰਦੁਸਤਾਨ ਦੇ ਅੰਦਰ ਕਿੰਨੇ ਏਮਜ਼ ਹਸਪਤਾਲ ਖੜੇ ਕੀਤੇ ਜਾ ਸਕਦੇ ਸੀ ਅੱਜ ਜਿਹੜੀ ਹਾਲਾਤ ਬਣ ਚੁੱਕੇ ਨੇ ਕਿ ਉਹ ਹਾਲਾਤ ਦੇ ਵਿੱਚ ਕਿੰਨੇ ਬੰਦੇ ਬਚਾਏ ਨਹੀਂ ਜਾ ਸਕਦੇ ਸੀ ਇਹ ਲੋੜ ਹੈ ਕਿ 3000 ਕਰੋੜ ਰੁਪਏ ਦੇ ਵਿੱਚ ਆਪਾਂ ਉਹਦੇ ਤੇ ਉੱਬਤ ਲਾ ਦਿੱਤਾ ਕਿ ਦੋ ਐਮਜ਼ ਨਹੀਂ ਖੜੇ ਹੋ ਸਕਦੇ ਸੀ ਉਹਦੇ ਨਾਲ ਵੱਡੇ ਸਵਾਲ ਨੇ ਇਹਨਾਂ ਦਾ ਜਵਾਬ ਕੋਈ ਨਹੀਂ ਪਰ ਸਿਰਫ ਕੀ ਹੈ ਰਾਜਨੀਤੀ ਜੀ ਸਾਨੂੰ ਵੋਟਾਂ ਕਿੱਦਾਂ ਮਿਲਣਗੀਆਂ ਲੋਕ ਮਰਦੇ ਨੇ ਤਾਂ ਮਰਨ ਪਰ ਸਾਡੀਆਂ ਵੋਟਾਂ ਨਹੀਂ ਜਾਣੀਆਂ ਚਾਹੀਦੀਆਂ ਤੁਸੀਂ ਧਰਮ ਨੂੰ ਦੇਖੋ ਤੁਸੀਂ ਅੱਖਾਂ ਦੇ ਪੱਟੀ ਬੰਨ੍ਹ ਲਓ ਧਰਮ ਦੀ ਤੁਸੀਂ ਅ ਬੁੱਤ ਦੇਖੋ ਬੁੱਤਾਂ ਨੂੰ ਮੱਥਾ ਟੇਕੋ ਤੁਸੀਂ ਜਿਹੜੇ ਬੁਲਟ ਟ੍ਰੇਨ ਦੇ ਵਿੱਚ ਮਜ਼ਾ ਲਓ ਉਹ ਬੰਦੇ ਰਹਿਣਗੇ ਤਾਂ ਹੀ ਕੁਝ ਹੋਊਗਾ ਤਾਂ ਹੀ ਬੁੱਤਾਂ ਨੂੰ ਵੀ ਮੱਥੇ ਟੇਕੇ ਜਾਣਗੇ ਤਾਂ ਹੀ ਬੁਲਟ ਟ੍ਰੇਨ ਦੇ ਵਿੱਚ ਕੋਈ ਬੈਠੂਗਾ ਕਿ ਖਾਲੀ ਬੁਲਟ ਟ੍ਰੇਨ ਭਜਾ ਕੇ ਲੈ ਜਾਉਗੇ ਤੁਸੀਂ ਲੋੜ ਇਸ ਵੇਲੇ ਹੈਗੀ ਹੈ ਆਪਾਂ ਨੂੰ ਬੁਨਿਆਦੀ ਸਹੂਲਤਾਂ ਨੂੰ ਚੱਕਣ ਦੀ ਜਿੰਨਾ ਪੈਸਾ ਇਹਨਾਂ ਚੀਜ਼ਾਂ ਦੇ ਵਿੱਚ ਲੱਗ ਰਿਹਾ ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਦਾ ਪੈਸਾ ਜਿਹੜਾ ਇਸ ਵੇਲੇ ਪ੍ਰਾਇੋਰਟੀ ਬੇਸ ਦੇ ਉੱਤੇ ਲੱਗਣਾ ਚਾਹੀਦਾ ਆ ਚੀਜ਼ਾਂ ਦੇ ਉੱਤੇ ਸਿੱਖਿਆ ਤੇ ਸੇ ਤੋਂ ਸੁਭਦਾਵਾ ਜਿਹੜਾ ਜਿਹੜਾ ਜਿਹੜੀ ਜਿਹੜੀ ਪਾਰਟੀ ਇਹਨਾਂ ਦਾ ਪੱਧਰ ਉੱਚਾ ਚੱਕੇਗੀ ਉਹ ਪਾਰਟੀ ਨੂੰ ਲੋਕ ਕੀ ਜਿਹੜੇ ਨੇ ਸਿਰ ਮੱਥੇ ਤੇ ਬਿਠਾ ਲੈਣਗੇ ਇਸ ਦੀ ਉਦਾਹਰਨ ਜਿਹੜੀ ਹੈ ਕੇਜਰੀਵਾਲ ਸਰਕਾਰ ਉਹ ਤਿੰਨ ਵਾਰ ਜਿਹੜੀ ਹੈ ਉਥੇ ਮੁੱਖ ਮੰਤਰੀ ਬਣ ਚੁੱਕੇ ਨੇ ਦੋ ਵਾਰ ਜਿਹੜੇ ਨੇ ਉਹ ਪੂਰੀ ਪੂਰੀ ਤਰ੍ਹਾਂ ਬਹੁਮਤ ਦੇ ਕੇ ਆਏ ਨੇ ਸੋ ਇਹ ਚੀਜ਼ਾਂ ਨੂੰ ਆਪਾਂ ਜਨਤਾ ਜਿਹੜੀ ਹੈ ਇਨਕਾਰ ਨਹੀਂ ਕਰਦੀ ਹੈਗੀ ਵੀ ਤੁਸੇ ਉਹਨਾਂ ਨੂੰ ਦਓਗੇ ਕੁਝ ਪਰ ਲੋੜ ਹੈ ਕਿ ਜਨਤਾ ਇਹ ਸਮਝੇ ਕਿ ਸਾਨੂੰ ਜਿਹੜਾ ਕਿਸ ਤਰੀਕੇ ਨਾਲ ਮੂਰਖ ਬਣਾਇਆ ਜਾ ਰਿਹਾ ਹੈ ਇਹ ਇਹਨਾਂ ਦਾ ਸਮਝ ਗਿਆ ਵੀ ਇਹ ਸਰਕਾਰ ਨੇ ਕਰਿਆ ਕੁਝ ਨਹੀਂ ਪਰ ਸਮਝਦੀ ਉਦੋਂ ਹੈ ਜਦੋਂ ਵੋਟਾਂ ਪਾੜ ਦਾ ਸਮਾਂ ਲੰਘ ਜਾਂਦਾ ਉਦੋਂ ਤੁਹਾਡੇ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ ਤੁਹਾਨੂੰ ਆ ਮੁਫਤ ਦਾਂਗੇ ਤੁਹਾਨੂੰ ਆ ਮੁਫਤ ਦਾਂਗੇ ਤੁਹਾਨੂੰ ਆ ਮੁਫਤ ਦਾਂਗੇ ਕਿਸੇ ਨੇ ਪੁੱਛਿਆ ਕਿ ਮੁਫਤ ਦਵੋਗੇ ਤੁਸੀ ਆਪਣੇ ਪੱਲੋਂ ਦੋਗੇ ਮੁਫਤ ਦੋਗੇ ਤਾਂ ਕਿਸੇ ਨੇ ਪੁੱਛਿਆ ਕਿ ਜਦੋਂ ਮੁਫਤ ਦੇਵੋਗੇ ਉਹ ਕਿੰਨਾ ਦਿਨੋਂ ਦੋਗੇ ਆਟਾ ਦਾਲ ਸਕੀਮ ਦੀ ਗੱਲ ਆਈ ਪੂਰੇ ਪੰਜਾਬ ਚ ਰੌਲਾ ਪੈ ਗਿਆ ਵੀ ਆਟਾ ਦਾਲ ਸਕੀਮ ਜਿਹੜੀ ਆਟਾ ਦਾਲ ਜਿਹੜੀ ਮੁਫਤ ਦਿੱਤੀ ਜਾਏਗੀ ਕਿਸੇ ਨੇ ਪੁੱਛਿਆ ਵੀ ਕਿਹਨਾਂ ਨੂੰ ਦਿੱਤੀ ਜਾਏਗੀ ਸਾਰੇ ਪੰਜਾਬ ਨੂੰ ਦਿੱਤੀ ਜਾਏਗੀ ਨਹੀਂ ਪਰ ਉਹ ਗੱਲ ਕੀ ਆ ਗਈ ਬਾਅਦ ਵਿੱਚ ਕਿ ਇਹ ਤਾਂ ਜੀ ਅਸੀਂ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਬੰਦਿਆਂ ਨੂੰ ਦੇਵਾਂਗੇ ਠੱਗੇ ਤਾਂ ਜਿਹੜੇ ਸਾਰੇਗੇ ਨਾ ਵੋਟਾਂ ਦਾ ਜਿਹੜੀਆਂ ਸਾਰਿਆਂ ਨੇ ਪਾਈਆਂ ਸੀ ਨਾ ਉਹ ਆਟਾ ਦਾਲ ਸਕੀਮ ਨੂੰ ਲੈ ਕੇ ਨਹੀਂ ਆਟਾ ਦਾਲ ਸਕੀਮ ਜਿਹੜੀ ਆ ਉਹ ਉਹਨੂੰ ਲੈ ਕੇ ਕਾਫੀ ਕੁਝ ਰਾਜਨੀਤੀ ਹੋਈ ਹੈ ਉਹ ਕੀ ਹੋਇਆ ਮੁੱਖ ਮੰਤਰੀ ਨੇ ਵੀ ਇੱਕ ਜਿਹੜੇ ਕੈਪਟਨ ਬਿੰਦਰ ਸਿੰਘ ਉਹਨਾਂ ਨੇ ਵੀ ਜਿਹੜਾ ਕਾਂਗਰਸ ਦੇ ਵਿੱਚ ਜਦੋਂ ਵੋਟਾਂ ਮੰਗੀਆਂ ਸੀ ਉਦੋਂ ਇਹ ਕਿਹਾ ਸੀਗਾ ਕਿ ਜਿਹੜਾ ਨਸ਼ਾ ਦਾ ਜਿਹੜਾ ਸੀ 4 ਹਫ਼ਤਿਆਂ ਜੀ ਨਕਸ਼ਾ ਖਤਮ ਕਰ ਦਾਂਗੇ ਹੁਣ ਕੀ ਹੋਇਆ ਜੀ ਹੁਣ ਇਹ ਬਿਆਨ ਆ ਗਿਆ ਕਿ ਲੱਕ ਤੋੜਨ ਦੀ ਗੱਲ ਕੀਤੀ ਸੀ ਮੈਂ ਤਾਂ ਉਹ ਕੀ ਆਟਾ ਦਾਲ ਵਾਲੀ ਸਕੀਮ ਦੇ ਨਾਲ ਗੱਲ ਮਿਲਦੀ ਜੁਲਦੀ ਨਹੀਂ ਹੈਗੀ ਕਿਉਂ ਨਹੀਂ ਲੋਕ ਸਵਾਲ ਕਰਦੇ ਕਿ ਜਿਹੜੇ ਸੁਖਵੀਰ ਬਾਦਲ ਜੀ ਜਿਹੜੀਆਂ ਬਸਾਂ ਤੁਸੀਂ ਨਿੱਜੀ ਬਸਾਂ ਦੇ ਵਿੱਚ ਸਫ਼ਰ ਮੁਫਤ ਕਿਤੇ ਜਾਣ ਦੀ ਗੱਲ ਕਰ ਰਹੇ ਹੋ ਤੁਹਾਡੀਆਂ ਹੁਣ ਵੀ ਬਸਾਂ ਹੈਗੀਆਂ ਨੇ ਤੁਸੀਂ ਹੁਣ ਮੁਫਤ ਕਰ ਦਿਓ ਹੁਣ ਕਿਉਂ ਨਹੀਂ ਕਰ ਰਹੇ ਹਜ਼ਾਰਾਂ ਬਸਾਂ ਜਿਹੜੀਆਂ ਤੁਹਾਡੀਆਂ ਨੇ ਤੁਹਾਡੇ ਸਹਿਯੋਗੀਆਂ ਨੇ ਚੱਲ ਰਹੀਆਂ ਨੇ ਹੁਣ ਵੀ ਮੁਫਤ ਚਲਾ ਸਕਦੇ ਹੋ ਪਰ ਨਹੀਂ ਕਿਉਂਕਿ ਉਸ ਵੇਲੇ ਪੈਸਾ ਜਿਹੜਾ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਵਰਤਣਾ ਉਹ ਪੈਸਾ ਵਰਤਣਾ ਜਿਹੜਾ ਕਿ ਲੋਕਾਂ ਨੇ ਸੂਬੇ ਦੇ ਵਿਕਾਸ ਵਾਸਤੇ ਦਿੱਤਾ ਪਿਆ ਹੋਵੇਗਾ ਹੁਣ ਪੈਸਾ ਦਵਾਂਗੇ ਤੇ ਸਾਡੀ ਜੇਬ ਚ ਜਾਏਗਾ ਜੀ ਸਮਝੋ ਜਦ ਤੱਕ ਨਹੀਂ ਸਮਝਾਂਗੇ ਸਾਰਾ ਸਾਡੇ ਨਾਲ ਇਹੀ ਹਾਲ ਹੁੰਦਾ ਰਿਹਾ। ਬਿਲਕੁਲ ਜਾਂਦੇ ਜਾਂਦੇ ਇੱਕ ਜਿਹੜੀ ਇੱਕ ਖਬਰ ਹੋਰ ਜਿਹੜੀ ਸਾਹਮਣੇ ਆਈ ਹੈ ਉਹ ਇਹ ਹੈ ਕਿ ਸੁਚਾ ਸਿੰਘ ਲੰਗਾ ਦੇ ਨਾਲ ਬੰਦੇ ਦੀ ਖਬਰ ਜਿਹੜੀ ਹੈ ਉਹ ਲਗਾਤਾਰ ਪਿਛਲੇ ਦਿਨਾਂ ਤੋਂ ਵੀ ਦੇਖਦੇ ਆ ਰਹੇ ਸੀ ਸੁਚਾ ਸਿੰਘ ਲੰਗਾ ਮਾਫੀ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਹੈ ਉਹ ਕੋਸ਼ਿਸ਼ਾਂ ਕਰਦੇ ਆਏ ਹੈਗੇ ਆ ਪਰ ਅੱਜ ਇੱਕ ਚਿੱਠੀ ਜਿਹੜੀ ਹੈ ਉਹਨਾਂ ਦੇ ਮਾਤਾ-ਪਿਤਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਹਰਪ੍ਰੀਤ ਸਿੰਘ ਨੂੰ ਭੇਜੀ ਜਾਂਦੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਸਵਾਸ ਜਿਹੜੇ ਆ ਉਹ ਬਹੁਤ ਘਟ ਨੇ ਹੋ ਸਕਦਾ ਹੈ ਕਿ ਕੱਲ ਉਹ ਰਹਿਣ ਨਾ ਰਹਿਣ। ਉਨਾ ਦੇ ਪਰਿਵਾਰ ਜਿਹੜਾ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਗੁਰੂ ਪਰਿਵਾਰ ਦੀ ਚਰਨੀ ਜੁੜਿਆ ਹੋਇਆ ਹੈ ਇਸ ਲਈ ਕਿਤੇ ਨਾ ਕਿਤੇ ਉਹਨਾਂ ਦੇ ਬੇਟੇ ਨੂੰ ਜਿਹੜੀ ਹੈ ਉਹ ਮਾਫੀ ਦੇ ਦਿੱਤੀ ਜਾਵੇ ਤੁਹਾਨੂੰ ਲੱਗਦਾ ਹੈ ਕਿ ਸੁੱਚਾ ਸਿੰਘ ਲੰਘਾ ਨੂੰ ਸ਼੍ਰੀ ਜਿਹੜਾ ਹੈਗਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈਗਾ ਉਹ ਮਾਫੀ ਦੇਵੇਗਾ ਜਾਂ ਦੇ ਸਕਦਾ ਹੈ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੁੱਚਾ ਸਿੰਘ ਲੰਘਾ ਜਿਹੜੇ ਨੇ ਉਹ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਹੋਏ ਦਿਖਦੇ ਨੇ ਦੇਖੋ ਮੈਨੂੰ ਇਹ ਤੁਹਾਡੀ ਇਸ ਗੱਲ ਤੋਂ ਮੈਨੂੰ ਰਾਮ ਰਹੀਮ ਯਾਦ ਆ ਗਿਆ ਜੀ ਰਾਮ ਰਹੀਮ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਜੇਲ੍ਹ ਤੋਂ ਨਿਕ ਕਿ ਮੈਂ ਬਾਹਰ ਨਿਕਲਾਂ ਕਿਸੇ ਤਰੀਕੇ ਕਦੇ ਉਹ ਕਹਿੰਦੇ ਮੇਰੀ ਮਾਂ ਬਿਮਾਰ ਆ ਕਦੇ ਮੈਂ ਕੀ ਕਰਨਾ ਕਦੇ ਮੈਂ ਫਸਲ ਵੀ ਜਣੀ ਆ ਕਦੇ ਮੈਂ ਆ ਕਰਨਾ ਕਦੇ ਉਹ ਕਰਨਾ ਹਰ ਵਾਰ ਹਾਈ ਕੋਰਟ ਨੇ ਜਿਹੜਾ ਇਹ ਕਹਿੰਣ ਕਿ ਇਨਕਾਰ ਕਰਤਾ ਵੀ ਇਹ ਕੋਈ ਜਿਹੜੀ ਗਰਾਊਂਡ ਨਹੀਂ ਹੈਗੀ ਜਿਹੜਾ ਤੁਸੀਂ ਬਾਹਰ ਨਿਕਲਣ ਦੀ ਗੱਲ ਪੈਰੋਲ ਮੰਗਣ ਦੀ ਗੱਲ ਕਰ ਰਹੇ ਹੋ ਹਰ ਵਾਰ ਜਿਹੜਾ ਉਹ ਇਹ ਮੰਗ ਕੀਤੀ ਜਾ ਰਹੀ ਆ ਪਰ ਕੀ ਹੋਇਆ ਕਿ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਵੀ ਮੇਰੀ ਮਾਂ ਹਸਪਤਾਲ ਦੇ ਦਾਖਲ ਆ ਉੱਥੇ ਮਿਲਣ ਜਾ ਰਹੇ ਆ ਅਦਾਲਤ ਨੇ ਮਨਾ ਕਰਤਾ ਪਰ ਜਿਹੜੀ ਸਰਕਾਰ ਸੀਗੀ ਹਰਿਆਣੇ ਦੀ ਉਹਨਾਂ ਨੇ ਉਹਨੂੰ ਪੈਰੋਲ ਦੇ ਦਿੱਤਾ ਇਹ ਹਰਿਆਣੇ ਦਾ ਜਿਹੜਾ ਸੀਗਾ ਸੁਨਾਰੀਆ ਜੇਲ੍ਹ ਦਾ ਜਿਹੜਾ ਸੁਪਰਡੈਂਟ ਸੀਗਾ ਉਹਨੇ ਉਹਨਾਂ ਨੂੰ ਪੈਰ ਪੈਰੋਲ ਦਿੱਤਾ ਤੇ ਇੱਕ ਦਿਨ ਦੀ ਉਹ ਜਾ ਕੇ ਆਇਆ ਮੈਨੂੰ ਉਹ ਗੱਲ ਇੱਥੇ ਵੀ ਯਾਦ ਆ ਰਹੀ ਹੈ ਮੇਰੀ ਮਾਂ ਬਿਮਾਰ ਹੈ ਮੈਂ ਫਲਾਣਾ ਮੈਂ ਮੈਂ ਕਿੰਨੀ ਦੇਰ ਪੰਥ ਦੀ ਸੇਵਾ ਕੀਤੀ ਮੈਂ ਇਹ ਕੀਤਾ ਉਹ ਕੀਤਾ ਹੁਣ ਫੈਸਲਾ ਜਿਹੜਾ ਉਹ ਜੱਜ ਇਸ ਵੇਲੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਹੋਣੀ ਨੇ ਜੀ ਆ ਕੀ ਅੱਗੇ ਹੋਇਆ ਸੁੱਚਾ ਸਿੰਘ ਲੰਗਾ ਉਹਨਾਂ ਦੀ ਜਿਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਈ ਉਹ ਅਸ਼ਲੀਲ ਵੀਡੀਓ ਸਾਹਮਣੇ ਆਈ ਉਹਦੇ ਵਿੱਚ ਕਿਸ ਤਰੀਕੇ ਨਾਲ ਜੋ ਕੁਝ ਹੋਇਆ ਸਿੱਖ ਪੰਥ ਨੂੰ ਕਿਸ ਤਰ੍ਹਾਂ ਢਾਹ ਲੱਗੀ ਕਿਸ ਤਰ੍ਹਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਆਗੂ ਹੋਣ ਹੋਏ ਸੀਗੇ ਤੇ ਜੇਕਰ ਉਹ ਵਾਕੇ ਹੀ ਇਸ ਮਾਮਲੇ ਦੇ ਵਿੱਚ ਸੱਚੇ ਨੇ ਤਾਂ ਅੱਗੇ ਉਹਨਾਂ ਨੂੰ ਇਸ ਲੜਾਈ ਆਪਣੀ ਜਿਹੜੀ ਇੱਜ਼ਤ ਦੀ ਲੜਾਈ ਨੂੰ ਬਹਾਲ ਕਰਾਉਣ ਲਈ ਅੱਗੇ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਸੀ ਕਿ ਉਹ ਅੱਗੇ ਚੱਲ ਕੇ ਇਸ ਮਾਮਲੇ ਨੂੰ ਲੈ ਕੇ ਆਪਣੀ ਇੱਜ਼ਤ ਬਹਾਲੀ ਵਾਸਤੇ ਕਿ ਮੇਰੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਸਾਰੇ ਝੂਠ ਨੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਜਦੋਂ ਉਸ ਮਾਮਲੇ 'ਚ ਅਦਾਲਤ ਫੈਸਲਾ ਦੇਗੀ ਕਿ ਵਾਕਈ ਇਹਨਾਂ ਨੂੰ ਫਸਾਇਆ ਗਿਆ ਸੀ ਫਿਰ ਉਹ ਦੋਸ਼ ਮੁਕਤ ਹੋੁੰਦੇ ਨੇ ਫਿਲਹਾਲ ਜਿਹੜੇ ਨੇ ਉਹ ਉਹਨਾਂ ਦੇ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿਤਨਾਕ ਮੇਰੀ ਜਾਚੇ ਮੈਨੂੰ ਜੇ ਅੱਗੇ ਹੋਵੇ ਤਾਂ ਸ਼ਾਇਦ ਮੈਨੂੰ ਪਤਾ ਨਹੀਂ ਸਾਰੇ ਤੇ ਪਰ ਕੁੱਲ ਮਿਲਾ ਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਗੱਲ ਆ ਜਾਂਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਿ ਉਹ ਉਹ ਜਿਹੜੇ ਨੇ ਰਾਮ ਰਹੀਮ ਵਾਲੀ ਜਿਹੜੀ ਸਾਰੇ ਐਪੀਸੋਡ ਨੂੰ ਯਾਦ ਰੱਖਣਗੇ ਹੂੰ ਜੇ ਨਹੀਂ ਯਾਦ ਰੱਖਦੇ ਤਾਂ ਫਿਰ ਇਹ ਜਿਹੜਾ ਆਨ ਵਾਲੇ ਸਮੇਂ ਦੇ ਵਿੱਚ ਵੋਟਾਂ ਦੇ ਦੌਰਾਨ ਜਿਸ ਤਰੀਕੇ ਨਾਲ ਜੋ ਕੁਝ ਹੋਇਆ ਉਹ ਉਹ ਸਮਝ ਆ ਜਾਏਗਾ ਕਿ ਵੋਟਾਂ ਲਈ ਹੁਣ ਜਿਹੜੀ ਰਾਜਨੀਤੀ ਤੇਜ਼ ਹੋ ਚੁੱਕੀ ਹੈ ਆ ਕਾਂਗਰਸ ਨੇ ਜਿਹੜਾ ਇਹਨਾਂ ਨੂੰ ਸੋਚਾ ਸਿੰਘ ਲਗਾ ਵਾਲੇ ਮੁੱਦੇ ਦੇ ਉੱਤੇ ਇਹਨਾਂ ਨੂੰ ਇੱਕ ਸੀਟ ਹਰਾਤੀ ਸੀ ਯਾਦ ਹੋਏਗਾ ਤੁਹਾਨੂੰ ਕਿ ਸੋਚਾ ਸਿੰਘ ਲੰਗਾ ਵਾਲੇ ਮਾਮਲੇ ਨੂੰ ਲੈ ਕੇ ਇੱਕ ਸੀਟ ਖਰਾਬ ਤੁਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਲੈ ਕੇ ਭਾਰੀ ਨਰਾਜ਼ ਹੋਇਆ ਸੀ ਕਿ ਸੋਚਾ ਸਿੰਘ ਲਗਾ ਕਰਕੇ ਜਿਹੜੀ ਸਾਡੀ ਉਹ ਸੀਟ ਹਾਰ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਭਖ ਸਕਦੀ ਹੈ ਤੇ ਜੇ ਉਹ ਰਾਜਨੀਤੀ ਭखेगी ਤਾਂ ਨਾ ਸਿਰਫ ਇਹਦਾ ਸੇਕ ਸ਼੍ਰੋਮਣੀ ਅਕਾਲੀ ਦਲ ਤੱਕ ਜਾਏਗਾ ਬਲਕਿ ਜਿਹੜੇ ਆ ਉਹ ਸਿੱਖਾਂ ਦੀ ਸਰਮੌਰ ਜਥੇਬੰਦੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਜਿਹੜੇ ਅਹੁਦੇ ਤੱਕ ਜਾਏਗਾ ਜਿਹੜਾ ਉਹਦਾ ਤੇ ਜਥੇਬੰਦੀ ਪਹਿਲਾਂ ਮਾਫੀ ਜਿਹੜੇ ਮਾਮਲੇ ਨੂੰ ਲੈ ਕੇ ਜਿਸ ਰਾਮ ਰਵੀ ਨੂੰ ਮਾਫੀ ਦੇ ਮਾਮਲੇ ਨੂੰ ਲੈ ਕੇ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ਼ਤਿਹਾਰ ਜਾਰੀ ਕੀਤੇ ਗਏ ਉਸ ਮਾਮਲੇ ਨੂੰ ਲੈ ਕੇ ਜਿਹੜਾ ਪਹਿਲਾਂ ਹੀ ਜਿਹੜੀ ਉਹ ਬਦਨਾਮੀ ਖਟ ਰਹੇ ਨੇ ਉਹ ਜਿਹੜਾ ਕਿਤਨਾ ਕਿਤੇ ਯਾਦ ਫੇਰ ਤਾਜ਼ਾ ਹੋ ਜਾਏਗੀ ਤੇ ਮੈਨੂੰ ਲੱਗਦਾ ਕਿ ਇਹ ਇਸ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰਨਗੇ ਉਹ ਕੁਲਵੰਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਅ ਐਸਨ ਕੋਲਾਂਜੀ ਜਿਨ੍ਹਾਂ ਨੇ ਸਾਡੇ ਨਾਲ ਇੱਕ ਵਾਰ ਫਿਰ ਜਿਹੜੀ ਹੈ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਹਰ ਮੁੱਦੇ ਜਿਹੜੇ ਹੈ ਉਹ ਤੁਹਾਡੇ ਤੱਕ ਲੈ ਕੇ ਆ ਸਕੀਏ ਫਿਲਹਾਲ ਮੰਨੂ ਵੀ ਤੁਹਾਨੂੰ ਇਜਾਜ਼ਤ ਦੇ ਤੁਸੀਂ ਜੁੜੇ ਰਹੋ ਚੈਨਲ ਵਾਈ ਦੇ ਨਾਲ ਧੰਨਵਾਦ ਯੂ ਆਰ ਵਾਚਿੰਗ ਚੈਨਲ ਵਾਈ ਚੈਨਲ ਵਾਈ ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ